ਜੀ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਨਾਲ ਸਤਿ ਸ਼੍ਰੀ ਅਕਾਲ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਅੱਜ ਦਾ ਮੁੱਦਾ। ਇਸ ਮੰਚ ਦੇ ਉੱਤੇ ਉਹਨਾਂ ਰੋਜ਼ਾਨਾ ਅਸੀਂ ਗੱਲ ਕਰਦੇ ਹਾਂ, ਭਾਵੇਂ ਉਹ ਮਸਲਾ ਸਿਆਸੀ ਹੋਵੇ, ਭਾਵੇਂ ਉਹ ਮਸਲਾ ਧਾਰਮਿਕ ਹੋਵੇ, ਭਾਵੇਂ ਉਹ ਮਸਲਾ ਕਿਸੇ ਵੀ ਸਿਆਸਤਦਾਨ ਦੇ ਨਾਲ ਜੁੜਾ ਹੋਵੇ, ਤਾਂ ਫਿਰ ਕਵਾਇਦ ਹੁੰਦੀ ਹੈ ਸਾਡੀ ਕਿ ਅਸੀਂ ਇਸ ਮੰਚ ਦੇ ਉੱਤੇ ਉਹਦੀ ਪ੍ਰਤੀਕਰਮ ਸਾਂਝੇ ਵੀ ਕਰੀਏ ਔਰ ਅਸੀਂ ਇੱਕ ਰੋਡ ਮੈਪ ਵੀ ਤਿਆਰ ਕਰੀਏ ਜੋ ਕਿ ਰੋਜ਼ਾਨਾ ਤੁਹਾਡੀ ਖਿਦਮਤ ਦੇ ਵਿੱਚ ਅਸੀਂ ਲੈ ਕੇ ਵੀ ਆਉਂਦੇ ਹਾਂ। ਪਰ ਕਦੀ ਕਵਾਰ ਇਸ ਮੰਚ ਨੂੰ ਅਸੀਂ ਜ਼ਰੂਰ ਯੂਟੀਲਾਈਜ਼ ਵੀ ਕਰਦੇ ਹਾਂ ਔਰ ਲੈ ਕੇ ਵੀ ਆਉਂਦੇ ਹਾਂ ਤੁਹਾਡੀ ਖਿਦਮਤ ਦੇ ਵਿੱਚ, ਜੋ ਕਿ ਪੰਜਾਬੀ ਮਾਂ ਬੋਲੀ ਨੂੰ ਔਰ ਪੰਜਾਬ ਦੇ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਦੇ ਲਈ ਅੱਜ ਵੀ ਵਚਨਬੱਧ ਨੇ। ਤਾਂ ਕੋਸ਼ਿਸ਼ ਸਾਡੀ ਹੁੰਦੀ ਹੈ ਕਿ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਇਆ ਜਾ ਸਕੇ ਔਰ ਅਸੀਂ ਇਸ ਗੱਲ ਦੀ ਜ਼ਰੂਰ ਜ਼ਿੰਮੇਵਾਰੀ ਵੀ ਸਮਝਦੇ ਹਾਂ ਕਿਉਂਕਿ ਅੱਜ ਵਿਸ਼ਵ ਦੇ ਵਿੱਚ ਜਿੱਥੇ ਅਸੀਂ ਵੱਖਰੀ ਪਹਿਚਾਣ ਬਣਾ ਰਹੇ ਹਾਂ ਆਪਣੇ ਝੰਡਿਆਂ ਨੂੰ ਵੱਖ ਵੱਖ ਮੁਲਕਾਂ ਦੇ ਵਿੱਚ ਜਾ ਕੇ ਅੱਜ ਗਾੜ ਤਾਂ ਰਹੇ ਹਾਂ, ਲੇਕਿਨ ਸਾਨੂੰ ਕਿੱਥੇ ਨਾ ਕਿੱਥੇ ਅੱਜ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਸਾਡੀ ਪੰਜਾਬੀ ਮਾਂ ਬੋਲੀ ਵੀ ਜ਼ਿੰਦਾ ਰਹੇ। ਅਤੇ ਅੱਜ ਜਿਹੜੀ ਸ਼ਖਸੀਅਤ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੈ, ਉਹ ਸ਼ਖਸੀਅਤ ਪਿਛਲੇ 25 ਸਾਲਾਂ ਤੋਂ ਲਗਭਗ ਉਸ ਤੋਂ ਵੀ ਜ਼ਿਆਦਾ ਆਪਣੀ ਪਹਿਚਾਣ ਪੰਜਾਬ ਤੋਂ, ਬਠਿੰਡੇ ਤੋਂ, ਖਮੂਆਣਾ ਤੋਂ ਸ਼ੁਰੂ ਕਰਕੇ ਉਹਨਾਂ ਨੇ ਅੱਜ ਵਰਲਡ ਵਾਈਡ ਆਪਣੀ ਪਹਿਚਾਣ ਬਣਾਈ ਔਰ ਅੱਜ ਉਹ ਮਾਲਵੇ ਦਾ ਪੁੱਤ ਵਿਸ਼ਵ ਦੇ ਵਿੱਚ ਜਿੱਥੇ ਵੀ ਜਾ ਕੇ ਪਰਫੋਰਮ ਕਰਦਾ, ਉਸ ਮਾਲਵੇ ਦੇ ਪੁੱਤ ਨੂੰ ਅੱਜ ਹਰ ਕੋਈ ਆਪਣੀ ਅੱਖਾਂ ਦੇ ਸਾਹਮਣੇ ਵੇਖ ਕੇ ਅਹਿਸਾਸ ਕਰਦਾ ਕਿ ਇੱਕ ਜਿਹੜਾ ਬਗੀਚਾ ਉਹਦੇ ਵਿੱਚ ਜਿਹੜੀ ਖੁਸ਼ਬੂ ਆ ਰਹੀ ਹੈ ਔਰ ਜਿਹੜਾ ਐਸੈਂਸ ਨਿਕਲ ਕੇ ਆ ਰਿਹਾ, ਜਿਹੜਾ ਅਰੋਮਾ ਨਿਕਲ ਕੇ ਆ ਰਿਹਾ ਪੰਜਾਬੀ ਮਾਂ ਬੋਲੀ ਦਾ ਔਰ ਪੰਜਾਬ ਦੇ ਸੱਭਿਆਚਾਰ ਦਾ, ਉਹ ਅੱਜ ਵੀ ਜ਼ਿੰਦਾ। ਸਤਰੰਗੀ ਪੀਂਘ ਜਦ ਉਹਨਾਂ ਦੀ ਸ਼ੁਰੂ ਹੋਈ ਤਾਂ ਇੱਕ ਸਮਾਂ ਸੀਗਾ ਉਸ ਸਤਰੰਗੀ ਪੀਂਘ ਨੇ ਵਰਲਡ ਵਾਈਡ ਹਰ ਕਿਸੇ ਨੂੰ ਆਪਣੇ ਉਸ ਦਿਲ ਦੇ ਅੰਦਰ, ਉਸ ਜ਼ਿਹਨ ਦੇ ਅੰਦਰ ਵਸਾ ਕੇ ਰੱਖ ਲਿਆ ਕਿ ਨਹੀਂ, ਅੱਜ ਸਾਡਾ ਪੰਜਾਬ, ਸਾਡੀ ਪੰਜਾਬੀਅਤ ਅਤੇ ਸਾਡਾ ਸੱਭਿਆਚਾਰ ਜਿੰਦਾ। ਔਰ ਮੈਂ ਇਸ ਗੱਲ ਨੂੰ ਵੀ ਕਹਾਂਗਾ ਕਿ ਕਈ ਸਾਰੇ ਔਰਗਨਾਈਜੇਸ਼ਨਸ ਵੱਖ ਵੱਖ ਪਲੈਟਫਾਰਮ ਦੇ ਉੱਤੇ, ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੀ ਇਸ ਧਰਤੀ ਦੇ ਉੱਤੇ ਕਈ ਅਜਿਹੀਆਂ ਵੀ ਸ਼ਖਸੀਅਤਾਂ ਹਨ ਜੋ ਕਿ ਇਸ ਗੱਲ ਦਾ ਧਿਆਨ ਰੱਖ ਰਹੀਆਂ ਹਨ, ਅੱਜ ਤੋਂ ਨਹੀਂ ਕਾਫੀ ਲੰਬੇ ਸਮੇਂ ਤੋਂ, ਔਰ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਅਸੀਂ ਪੰਜਾਬ ਦੇ ਸੱਭਿਆਚਾਰ ਨੂੰ ਇੱਥੇ ਦਰਸਾ ਸਕੀਏ, ਜਿਹੜੀ ਸਾਡੀ ਜਨਰੇਸ਼ਨ ਹੈ, ਜਿਹੜੀ ਸਾਡੀ ਨਵੀਂ ਪਨੀਰੀ ਹੈ, ਉਹਨੂੰ ਪਤਾ ਚੱਲ ਸਕੇ ਕਿਉਂਕਿ ਉਹ ਇੱਥੇ ਦੇ ਬੋਰਨ ਐਂਡ ਬੋਰਨ ਨੇ। ਔਰ ਕਈ ਸਾਰੇ ਆਰਟਿਸਟ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਸਿਰਫ ਆਰਟਿਸਟ ਕਹਿੰਦੇ ਹਾਂ, ਲੇਕਿਨ ਕਈ ਅਜਿਹੇ ਵੀ ਆਰਟਿਸਟ ਹੁੰਦੇ ਹਨ ਜੋ ਕਿ ਲੈਜੈਂਡ ਦਾ ਕਿਤਾਬ ਹਾਸਿਲ ਕਰ ਲੈਂਦੇ ਹਨ, ਔਰ ਜਦੋਂ ਲੈਜੈਂਡ ਦਾ ਕਿਤਾਬ ਹਾਸਿਲ ਕਰਦੇ ਹਨ ਤਾਂ ਜ਼ਿੰਮੇਵਾਰੀ ਫਿਰ ਉਹਨਾਂ ਦੇ ਕੰਧਿਆਂ ਦੇ ਉੱਤੇ ਵੀ ਹੁੰਦੀ ਹੈ ਕਿ ਅਸੀਂ ਪੰਜਾਬ ਦੇ ਸੱਭਿਆਚਾਰ ਨੂੰ ਅੱਗੇ ਲੈ ਕੇ ਜਾ ਸਕੀਏ। ਔਰ ਜਦੋਂ ਇੱਥੇ ਆ ਕੇ ਪਰਫੋਰਮ ਕਰਦੇ ਹਨ ਤਾਂ ਤੁਸੀਂ ਉਹਨਾਂ ਨੂੰ ਹੱਲਾਸ਼ੇਰੀ ਦਿੰਦੇ ਹੋ, ਉਹਨਾਂ ਦੀ ਪਿੱਠ ਥਪਥਪਾਉਂਦੇ ਹੋ ਔਰ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਅਸੀਂ ਤੁਹਾਡੇ ਕਰਕੇ ਆਏ ਹਾਂ, ਅਸੀਂ ਤੁਹਾਡੇ ਲਿਰਿਕਸ ਕਰਕੇ ਆਏ ਹਾਂ, ਅਸੀਂ ਤੁਹਾਨੂੰ ਸੁਣਨ ਆਏ ਹਾਂ ਕਿਉਂਕਿ ਤੁਸੀਂ ਸਾਨੂੰ ਜ਼ਿੰਦਾ ਰੱਖਿਆ, ਕਿਉਂਕਿ ਤੁਸੀਂ ਪੰਜਾਬ ਨੂੰ ਜ਼ਿੰਦਾ ਰੱਖਿਆ। ਪੰਜਾਬੀ ਗਾਇਕੀ ਦਾ ਉਹ ਮਣਕਾ, ਪੰਜਾਬੀ ਗਾਇਕੀ ਦੀ ਉਹ ਪਹਿਚਾਣ ਜਿਹਨੇ ਜ਼ਿੰਦਗੀ ਦੇ ਵਿੱਚ ਸਿਰਫ ਤਿੰਨ ਗੱਲਾਂ ਦਾ ਧਿਆਨ ਰੱਖਿਆ। ਉਹਨਾਂ ਨੇ ਕਿਹਾ ਕਿ ਹੁਸਨ ਬਹੁਤ ਇੰਪੋਰਟੈਂਟ ਹੈ ਸਾਡੀ ਲਾਈਫ ਦੇ ਵਿੱਚ, ਮਾਪੇ ਬਹੁਤ ਇੰਪੋਰਟੈਂਟ ਹਨ ਸਾਡੀ ਲਾਈਫ ਦੇ ਵਿੱਚ ਅਤੇ ਜਵਾਨੀ ਬਹੁਤ ਇੰਪੋਰਟੈਂਟ ਹੈ। ਉਹਨਾਂ ਨੇ ਕਿਹਾ ਕਿ ਪਰਾਂਦਾ ਅੱਜ ਵੀ ਮੈਂ ਵੇਖਣਾ ਚਾਹੁੰਦਾ ਕਿ ਸਾਡੀ ਮੁਟਿਆਰਾਂ ਪਾਉਣ, ਉਹ ਪਟਿਆਲਾ ਸਲਵਾਰ ਪਾਉਣ। ਉਹ ਮਣਕਾ ਜਿਹੜਾ ਪੰਜਾਬੀ ਗਾਇਕੀ ਦਾ ਹੈ ਅੱਜ ਆਪਣੀ ਪਹਿਚਾਣ ਵਰਲਡ ਵਾਈਡ ਇਸ ਕਰਕੇ ਪਹਿਨਾ ਚੁੱਕਿਆ ਕਿਉਂਕਿ ਜਿਹੜੀ ਸਾਡੀ ਪੰਜਾਬ ਦੀ ਵਿਰਾਸਤ ਹੈ ਉਹਨੂੰ ਫਿਲਮੀ ਪਰਦੇ 'ਤੇ ਲਿਜਾਉਣਾ, ਸਾਡੇ ਬੱਚਿਆਂ ਨੂੰ ਦਿਖਾਉਣਾ ਲਾਜ਼ਮੀ ਬਣ ਗਿਆ ਸੀਗਾ। ਆਈ ਵੁੱਡ ਲਾਈਕ ਟੂ ਇੰਟਰੋਡਿਊਸ ਯੂ ਔਨ ਅੱਜ ਦਾ ਮੁੱਦਾ ਟੂਡੇ, ਪੰਜਾਬ ਦੀ ਆਨ ਬਾਨ ਤੇ ਸ਼ਾਨ ਮੇਰੀ ਮੁਰਾਦ ਹਰਭਜਨ ਮਾਨ ਸਾਹਿਬ। ਬਹੁਤ ਬਹੁਤ ਤੁਹਾਡਾ ਸਵਾਗਤ ਅੱਜ ਸਾਡੇ ਸਟੂਡੀਓ ਦੇ ਵਿੱਚ ਅਤੇ ਨਾਲ ਬਲਜਿੰਦਰ ਬਾਜਵਾ ਜੀ ਜੋ ਕਿ ਇਸ ਸਾਰੀ ਗੱਲਾਂ ਦਾ ਧਿਆਨ ਰੱਖਦੇ ਹੋਏ ਲੰਬੇ ਸਮੇਂ ਤੋਂ ਨਜ਼ਰ ਆ ਰਹੇ ਨੇ। ਬਲਜਿੰਦਰ ਬਾਜਵਾ ਜੀ ਦੀ ਅਗਰ ਮੈਂ ਗੱਲ ਕਰਾਂ ਤਾਂ ਇਹ ਉਹ ਸ਼ਖਸੀਅਤ ਹਨ ਜੋ ਕਿ ਇਸ ਵਿਰਾਸਤ ਨੂੰ ਲੈ ਕੇ ਕਿਵੇਂ ਆਉਣਾ,
ਇਸ ਵਿਰਾਸਤ ਨੂੰ ਪਰਫੋਰਮ ਕਿਵੇਂ ਕਰਵਾਉਣਾ, ਇਸ ਵਿਰਾਸਤ ਨੂੰ ਜ਼ਿੰਦਾ ਕਿਵੇਂ ਰੱਖਣਾ, ਇਹਨਾਂ ਨੇ ਆਪਣੇ ਕੰਧਿਆਂ 'ਤੇ ਚੱਕਿਆ। ਅੱਜ ਖੁਸ਼ਕਿਸਮਤੀ ਹੈ ਸਾਡੀ ਵੀ, ਔਰ ਅੱਜ ਖੁਸ਼ਕਿਸਮਤੀ ਹੈ ਪੰਜਾਬੀਆਂ ਦੀ ਕਿ ਹਰਭਜਨ ਮਾਨ ਸਾਹਿਬ USA ਟੂਰ 2019 'ਤੇ ਨਿਊਯਾਰਕ ਪਹੁੰਚੇ ਹਨ ਔਰ ਉਹਨਾਂ ਦੀ ਪਰਫੋਰਮੈਂਸ ਵੀ ਹੋਏਗੀ। ਲੇਕਿਨ ਕੀ ਕੁਛ ਸੁਨੇਹਾ ਉਹ ਪੰਜਾਬ ਦੀ ਧਰਤੀ ਤੋਂ ਸਾਡੇ ਲਈ ਲੈ ਕੇ ਆਏ ਹਨ। ਪਹਿਲੇ ਮੈਂ ਦੋਵਾਂ ਦਾ ਸਵਾਗਤ ਕਰਦਾ, ਜੀ ਆਇਆਂ ਨੂੰ ਨਿੱਘਾ ਸਵਾਗਤ, ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਮੁਹੱਬਤ ਭਰੀ ਅੱਜ ਦੀ ਸ਼ਾਮ ਦੇ ਵਿੱਚ ਤੁਹਾਡਾ ਸਵਾਗਤ ਆ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਮੈਂ ਸਭ ਤੋਂ ਪਹਿਲਾਂ ਸ਼ੁਰੂਆਤ ਮਾਨ ਸਾਹਿਬ ਤੋਂ ਕਰਨਾ ਚਾਹਾਂਗਾ, ਓਪਨਿੰਗ ਕਮੈਂਟ ਮੈਂ ਤੁਹਾਡੇ ਜਾਣਾ ਚਾਹਾਂਗਾ ਦਰਸ਼ਕਾਂ ਦੇ ਲਈ, ਉਸ ਤੋਂ ਬਾਅਦ ਫਿਰ ਵਿਚਾਰ ਵਟਾਂਦਰਾ ਕਰਾਂਗੇ। ਸਾਰੇ ਮੇਰੇ ਵੀਰ ਭੈਣਾਂ ਨੂੰ, ਬਜ਼ੁਰਗਾਂ ਮਾਤਾਵਾਂ ਨੂੰ, ਛੋਟੇ ਬੱਚਿਆਂ ਨੂੰ ਜੀ, ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਅਤੇ ਪੂਰੇ ਤੁਹਾਡੇ ਪ੍ਰੋਗਰਾਮ ਦੇ ਜ਼ਰੀਏ ਪੂਰੇ ਕੈਲੀਫੋਰਨੀਆ ਤੱਕ, ਅੱਜ ਕੱਲ੍ਹ ਤਾਂ ਜਿਹੜਾ ਸੋਸ਼ਲ ਮੀਡੀਆ ਜੀ ਉਹਦੇ ਜ਼ਰੀਏ ਪੂਰੀ ਦੁਨੀਆ ਨਾਲ ਸਾਂਝ ਪੈ ਜਾਂਦੀ ਹੈ ਜੀ, ਅਤੇ ਮੈਂ ਸਭ ਨੂੰ ਫਤਿਹ ਬੁਲਾਉਣਾ ਔਰ ਤੁਹਾਡਾ ਧੰਨਵਾਦ ਜੀ ਕਿ ਤੁਸੀਂ ਇੱਕ ਵਾਰ ਫਿਰ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਪਾਪੂਲਰ ਹੈ ਤੁਹਾਡਾ ਸ਼ੋਅ, ਉਸ ਦੇ ਵਿੱਚ ਮੈਨੂੰ ਸਰੋਤਿਆਂ ਦੇ ਰੂਬਰੂ ਕੀਤਾ ਜੀ। ਬਾਜਵਾ ਸਾਹਿਬ, ਬੜੇ ਚਿਰਾਂ ਬਾਅਦ ਇਹ ਉਡੀਕ ਕੀਤੀ ਜਾ ਰਹੀ ਸੀਗੀ ਕਿ ਮਾਨ ਸਾਹਿਬ ਆਉਣਗੇ ਔਰ ਮਾਨ ਸਾਹਿਬ ਧਰਤੀ ਦੇ ਉੱਤੇ ਪਹੁੰਚੇ USA ਦੀ, ਔਰ ਕੀ ਕੁਝ ਅੱਗੇ ਖਾਸ ਹੋਣ ਵਾਲਾ? ਖਾਸ ਸਭ ਤੋਂ ਪਹਿਲਾਂ ਜੀ ਆਲੂਵਾਲੀਆ ਸਾਹਿਬ ਅਤੇ ਜਸਟ ਪੰਜਾਬੀ ਟੀਮ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਅਤੇ ਥੈਂਕ ਯੂ। ਅੱਜ ਦੇ ਪ੍ਰੋਗਰਾਮ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਅੱਗੇ ਜਦੋਂ ਹਰਭਜਨ ਮਾਨ ਜੀ ਦਾ ਨਾਂ ਆ ਜਾਂਦਾ ਤਾਂ ਮੈਨੂੰ ਦੱਸਣ ਦੀ ਕੋਈ ਲੋੜ ਨਹੀਂ ਪੈਂਦੀ ਅੱਗੇ ਕੀ ਹੋਣ ਜਾ ਰਿਹਾ, ਕਿਉਂਕਿ ਹਰਭਜਨ ਮਾਨ ਜੀ, ਆਪਾਂ ਸਾਰਿਆਂ ਨੂੰ ਕਹਿੰਦਾ ਕਿ ਪੰਜਾਬੀ ਫਿਲਮ ਇੰਡਸਟਰੀ ਜਦੋਂ ਬਿਲਕੁਲ ਖਤਮ ਹੋ ਚੁੱਕੀ ਵਰਿੰਦਰ ਤੋਂ ਬਾਅਦ ਦੇ ਵਿੱਚ, ਇਸ ਫਿਲਮ ਇੰਡਸਟਰੀ ਨੂੰ ਇੱਕ ਨਵਾਂ ਮੋੜ ਦੇਣ ਵਾਲੀ ਜਿਹੜੀ ਹਰਭਜਨ ਮਾਨ, ਇਹਨਾਂ ਦੀ ਸਾਰੀ ਟੀਮ ਵਧਾਈ ਦੇ ਹੱਕਦਾਰ ਹਨ। ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ, ਲੰਬੇ ਸਮੇਂ ਤੋਂ ਕੋਸ਼ਿਸ਼ ਕਰਦੇ ਰਹੇ ਹਾਂ ਕਿ ਉਹਨਾਂ ਨੂੰ ਅਸੀਂ ਆਪਣੇ ਇਕੱਲੇ ਨਿਊਯਾਰਕ ਵਿੱਚ ਨਹੀਂ, ਸਾਰੀ ਦੁਨੀਆ ਦੇ ਵਿੱਚ ਹੀ ਮਾਨ ਦਈਏ ਜਿਹੜੇ ਕਿ ਇਸ ਮਾਨ ਦਾ ਹੱਕਦਾਰ ਹੋਣ। ਬਿਲਕੁਲ, ਮੈਨੂੰ ਯਾਦ ਹੈ ਮਾਨ ਸਾਹਿਬ, ਮੈਂ ਜਦ ਲਾਸਟ ਟ੍ਰਿਪ 'ਚ ਪੰਜਾਬ 'ਚ ਸੀਗਾ ਅਤੇ ਮੈਨੂੰ ਬੜਾ ਮਾਣ ਇਸ ਕਰਕੇ ਮਹਿਸੂਸ ਹੁੰਦਾ ਸੀਗਾ, ਟਰੱਕ ਦੇ ਉੱਤੇ ਮੈਂ ਤੁਹਾਡੇ ਲਿਰਿਕਸ ਵੇਖਦਾ ਸੀਗਾ ਔਰ ਉਹ ਜਿਹੜੀ ਮੈਨੂੰ ਲੱਗਦਾ 25 ਸਾਲ ਦੀ ਮਿਹਨਤ ਹੈ ਲੋਕਾਂ ਨੇ ਆਪਣੇ ਦਿਲਾਂ ਦੇ ਵਿੱਚ ਵਸਾਈ ਹੋਈ ਹੈ ਔਰ ਟਰੱਕ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਉਹਨਾਂ ਨੇ ਉਹਨੂੰ ਪ੍ਰਿੰਟ ਕਰਾਇਆ ਹੋਇਆ। ਆਈ ਵਾਜ਼ ਫੀਲਿੰਗ ਸੋ ਪ੍ਰਾਊਡ। ਮੈਂ ਵੀ ਅਕਸਰ ਕਹਿੰਦਾ ਹੁੰਦਾ ਜੀ ਕਿ ਉਦੋਂ ਵੱਡਾ ਕੋਈ ਸਨਮਾਨ ਨਹੀਂ ਜੀ ਕਿ ਜਦੋਂ ਤੁਹਾਡੇ ਗੀਤ ਆ ਜਿਹੜੇ ਉਹ ਇੱਕ ਲੋਕ ਗੀਤ ਦੀ ਤਰ੍ਹਾਂ ਬਣ ਜਾਣ ਅਤੇ ਤੁਹਾਨੂੰ ਤੁਸੀਂ ਚੰਡੀਗੜ੍ਹ ਕਿਸੇ ਪਾਸਿਓਂ ਵੀ ਪੰਜਾਬ ਨੂੰ ਚੱਲ ਪਓ ਜੀ, ਤਾਂ ਮੇਰਾ ਖਿਆਲ ਹੈ ਕਿ ਦੂਜੀ ਤੀਜੀ ਟਰੈਕਟਰ ਟਰਾਲੀ ਜਾਂ ਟਰੱਕਾਂ ਬੱਸਾਂ ਦੇ ਪਿੱਛੇ ਕੋਈ ਨਾ ਕੋਈ ਮੇਰੇ ਗੀਤ ਦੀ ਜਿਹੜੀ ਲਾਈਨ ਆ ਜ਼ਰੂਰ ਲਿਖੀ ਮਿਲ ਜਾਊਗੀ ਜੀ, ਕਿਉਂਕਿ ਅਸੀਂ ਲੋਕ ਗਾਇਕ ਹਾਂ ਜੀ ਅਤੇ ਗਾਇਕ ਲੋਕਾਂ ਦੇ ਹੁੰਦੇ ਆ, ਲੋਕਾਂ ਦੀ ਬਦੌਲਤ ਹੁੰਦੇ ਆ, ਅਤੇ ਜਦੋਂ ਅਸੀਂ ਗੀਤ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਗਾਵਾਂਗੇ, ਜਿਹੜੀ ਲੋਕਾਂ ਦੀ ਰੋਜ਼ਮਰਾ ਜ਼ਿੰਦਗੀ ਆ ਉਹਦੇ ਵਿੱਚ ਖੁਸ਼ੀਆਂ ਨੇ, ਉਹਦੇ ਵਿੱਚ ਗਮੀਆਂ ਨੇ, ਉਹਦੇ ਵਿੱਚ ਲਾਈਫ ਦੇ ਚੈਲੰਜਸ ਨੇ, ਅਤੇ ਫਿਰ ਮੈਨੂੰ ਲੱਗਦਾ ਕਿ ਉਹ ਗੀਤ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਜੀ। ਸੋ ਮੈਂ ਉਹੀ ਗੱਲ ਕਰ ਰਿਹਾ ਸੀਗਾ ਕਿ ਲੋਕ ਗਾਇਕੀ ਅਸੀਂ ਕਹਿ ਰਹੇ ਹਾਂ ਕਿ ਅਲੋਪ ਹੋ ਗਈ ਜਾਂ ਫਿਰ ਜਿਹੜਾ ਹੁਣ ਨਵਾਂ ਟ੍ਰੈਂਡ ਸ਼ੁਰੂ ਹੋ ਗਿਆ, ਲੇਕਿਨ ਅਜਿਹੇ ਲੈਜੈਂਡ ਜਿਹੜੇ ਨੇ ਉਹ ਅੱਜ ਵੀ ਮੌਜੂਦ ਨੇ ਔਰ ਜਦ ਉਹ ਇਸ ਦੀ ਗੱਲ ਕਰਦੇ ਹਨ ਤਾਂ ਮੈਨੂੰ ਯਾਦ ਆਉਂਦਾ, ਚੇਤਾ ਆਉਂਦਾ ਕਿ ਕਈ ਸਾਰੇ ਅਜਿਹੇ ਲੈਜੈਂਡ ਸਾਡੇ ਇਸ ਕੌਮ ਨੂੰ ਔਰ ਸਾਡੇ ਇਸ ਭਾਈਚਾਰੇ ਨੂੰ ਪਹਿਲਾਂ ਵੀ ਮਿਲ ਚੁੱਕੇ ਹਨ। ਮੈਂ ਅਗਰ ਮਾਨ ਸਾਹਿਬ ਦੀ ਗੱਲ ਕਰਾਂ ਤੋ ਤਾਂ ਇਹ ਵੀ ਇੰਸਪਾਇਰਡ ਹਨ ਉਸ ਅਜਿਹੀ ਸ਼ਖਸੀਅਤ ਤੋਂ ਜਿਹਨੇ ਲੋਕ ਗਾਇਕੀ ਦੇ ਵਿੱਚ ਇੱਕ ਆਪਣੀ ਵੱਖਰੀ ਪਹਿਚਾਣ ਬਣਾਈ ਜੀ। ਮੈਂ ਗੱਲ ਕਰ ਰਿਹਾ ਸ਼੍ਰੋਮਣੀ ਕਵੀਸ਼ਰ ਕਰਨੈਲ ਪਾਰਸ ਹੋਰਾਂ ਦੀ, ਜਿਨ੍ਹਾਂ ਨੇ ਇੰਸਪਾਇਰ ਕੀਤਾ ਔਰ ਅੱਜ ਮੈਨੂੰ ਲੱਗਦਾ ਉਹੀ ਦੇਣ ਹੈ ਕਿ ਮਾਨ ਸਾਹਿਬ ਸਾਡੀ ਜਨਰੇਸ਼ਨ ਨੂੰ ਉਹ ਸਭ ਕੁਝ ਜੀ। ਮੈਨੂੰ ਜਿਹੜੀ ਮੇਰੀ ਕਵੀਸ਼ਰੀ ਜਾਂ ਗਾਇਕੀ ਦੀ ਜਿਹੜੀ ਸ਼ੁਰੂਆਤ ਸੀ ਉਹ ਸਾਡੇ ਮਾਲਵੇ ਦੇ ਵਿੱਚ ਬਹੁਤ, ਉਸ ਵਕਤ ਲੇਟ 70s ਦੇ ਵਿੱਚ ਬਹੁਤ ਇੱਕ ਵੱਡਾ ਨਾਮ ਸੀ ਕਰਨੈਲ ਸਿੰਘ ਪਾਰਸ, ਸ਼੍ਰੋਮਣੀ ਕਵੀਸ਼ਰ ਦਾ ਖਿਤਾਬ ਵੀ ਮਿਲਿਆ ਉਹਨਾਂ ਨੂੰ, ਤਾਂ ਪਾਰ ਸਾਹਿਬ ਦੇ ਅਸੀਂ ਬਕਾਇਦਾ ਸ਼ਾਗਿਰਦ ਬਣੇ ਜੀ, ਮੈਂ ਅਤੇ ਗੁਰਸੇਵਕ, ਅਤੇ ਉਹ ਜਿਹੜੇ ਰੰਗ ਨੇ ਜਿਹੜੇ ਮੈਂ ਉਸ ਵਕਤ ਸੁਣੇ ਜਾਂ ਹੋਰ ਉਸ ਵਕਤ ਦੇ ਜਿਹੜੇ ਮਸ਼ਹੂਰ ਢਾਡੀ ਜਾਂ ਲੋਕ ਗਵਈਏ ਜਿਹੜੇ ਗਾਉਂਦੇ ਸੀ, ਸ਼ੌਂਕੀ ਸਾਹਿਬ, ਅਮਰ ਸਿੰਘ ਸ਼ੌਂਕੀ, ਦਿਦਾਰ ਸਿੰਘ ਰਟੈਂਡਾ, ਜਿਹੜੇ ਉਹ ਲੋਕ, ਅਤੇ ਉਹ ਬੇਸ਼ੱਕ ਮੈਂ ਕਮਰਸ਼ੀਅਲ ਗਾਇਕੀ ਵੀ ਬਹੁਤ ਗਾਈ ਹੈ, ਕਮਰਸ਼ੀਅਲੀ ਸਕਸੈਸ ਹੋਣਾ ਬਹੁਤ ਜ਼ਰੂਰੀ ਹੈ ਜੀ, ਪੇਟ ਆ ਜਿਹੜਾ ਉਹ ਕਮਰਸ਼ੀਅਲ ਗਾਇਕੀ ਨਾਲ ਭਰਦਾ, ਪਰ ਨਾਲ ਦੀ ਨਾਲ ਮੈਂ ਵੀ ਹਮੇਸ਼ਾ ਕੋਸ਼ਿਸ਼ ਕੀਤੀ ਕਿ ਜਿਹੜੇ ਉਹ ਸਾਡੇ ਬਜ਼ੁਰਗਾਂ ਦੀ ਗਾਇਕੀ ਦੀ ਜਿਹੜੀ ਉਹ ਵੰਨਗੀਆਂ ਸੀ, ਉਹ ਰੰਗ ਸੀ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਸਤਰੰਗੀ ਪੀਂਘ ਦਾ ਜੀ, ਕਿ ਉਹਨਾਂ ਵਿੱਚ ਵੀ ਉਹਨਾਂ ਨੂੰ ਮੈਂ ਇੱਕ ਸੀਰੀਜ਼ ਦੇ ਜ਼ਰੀਏ ਰਿਕਾਰਡ ਕਰਵਾ ਕੇ
ਆਉਣ ਵਾਲੀਆਂ ਜਨਰੇਸ਼ਨਸ ਦੇ ਲਈ ਉਹ ਸੇਵ ਹੋ ਕੇ ਇੱਕ ਤਰ੍ਹਾਂ ਉਹ ਪਈਆਂ ਰਹਿਣ ਜੀ, ਅਤੇ ਸਾਡੀ ਉਹ ਜਨਰੇਸ਼ਨ ਨੂੰ ਪਤਾ ਲੱਗਦਾ ਰਹੇ ਕਿ ਆਹ ਵੀ ਰੰਗ ਸਾਡੇ ਬਜ਼ੁਰਗ ਦੇ ਗਾਇਆ ਕਰਦੇ ਸੀ। ਬਿਲਕੁਲ, ਅਤੇ ਜਿੱਥੇ ਅਸੀਂ ਆਪਣੇ ਬਜ਼ੁਰਗਾਂ ਨੂੰ ਵੀ ਯਾਦ ਕਰਦੇ ਹਾਂ, ਮੈਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਆਪਣੇ ਆਪਣੇ ਗ੍ਰੈਂਡ ਪੇਰੈਂਟਸ ਨੂੰ ਉਹਨਾਂ ਦੀ ਗੱਲਾਂ ਨੂੰ ਯਾਦ ਕਰਦੇ ਹਾਂ, ਅਤੇ ਮੈਨੂੰ ਲੱਗਦਾ ਮਾਨ ਸਾਹਿਬ ਨੇ ਅੱਜ ਉਹ ਜ਼ਮੀਨੀ ਪੱਧਰ 'ਤੇ ਉਹਨੂੰ ਜ਼ਿੰਦਾ ਰੱਖਿਆ ਹੋਇਆ ਔਰ ਕਵਾਇਦ ਇਹਨਾਂ ਨੇ ਆਪਣੇ ਕੰਧਿਆਂ ਦੇ ਉੱਤੇ ਚੱਕੀ ਹੋਈ ਹੈ। ਬਹੁਤ ਸਾਰੀ ਗੱਲਾਂ ਨੇ, ਮੈਨੂੰ ਪਤਾ ਕਿ ਤੁਸੀਂ ਇੰਤਜ਼ਾਰ ਵੀ ਕਰ ਰਹੇ ਹੋ, ਮੈਨੂੰ ਕੌਲਾਂ ਵੀ ਆਉਣੀ ਸ਼ੁਰੂ ਹੋ ਚੁੱਕੀਆਂ ਹਨ। ਤੁਸੀਂ ਕਾਲ ਜ਼ਰੂਰ ਕਰੋ ਜਾਂ ਫਿਰ ਤੁਸੀਂ ਮੈਨੂੰ ਮੇਲ ਵੀ ਕਰ ਸਕਦੇ ਹੋ info@justbroadcasting.com, harkeerat@justbroadcasting.com ਦੇ ਉੱਤੇ। ਫਿਲਹਾਲ ਇੱਕ ਨਿੱਕੇ ਜਿਹੇ ਵਕਫੇ ਦਾ, ਮਿਲਾਂਗੇ ਵਕਫੇ ਤੋਂ ਬਾਅਦ, ਰੱਖਾਂਗੇ ਇਸ ਮੁੱਦੇ ਨੂੰ ਇਸੇ ਤਰੀਕੇ ਨਾਲ ਜਾਰੀ ਔਰ ਕਰਾਂਗੇ ਗੱਲਬਾਤ ਹਰਭਜਨ ਮਾਨ ਹੋਰਾਂ ਨਾਲ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਅਤੇ ਮਾਣਾ ਦੇ ਮਾਨ ਹਰਭਜਨ ਮਾਨ ਨਾਲ ਸਾਡੇ ਨਾਲ ਨੇ ਸਟੂਡੀਓ ਦੇ ਵਿੱਚ, ਅਤੇ ਨਾਲ ਬਲਜਿੰਦਰ ਬਾਜਵਾ ਜੀ ਸਾਡੇ ਨਾਲ ਸਟੂਡੀਓ ਦੇ ਵਿੱਚ। 28 ਸਪਟੈਂਬਰ ਨੂੰ ਫਲਸ਼ਿੰਗ ਕਮਿਊਨਿਟੀ ਸੈਂਟਰ ਦੇ ਵਿੱਚ ਪ੍ਰੋਗਰਾਮ ਹੋਣ ਜਾ ਰਿਹਾ ਔਰ ਬੜੇ ਲੰਬੇ ਸਮੇਂ ਤੋਂ ਇਹ ਪ੍ਰੋਗਰਾਮ ਹੁੰਦੇ ਹਨ, ਬਟ ਦਿਸ ਟਾਈਮ ਇਟ ਗੋਨਾ ਬੀ ਮੋਰ ਐਕਸਾਈਟਮੈਂਟ, ਔਰ ਐਕਸਾਈਟਮੈਂਟ ਕੀ ਕੁਝ ਖਾਸ ਹੋਏਗੀ ਪਹਿਲਾਂ ਮੈਂ ਬਾਜਵਾ ਸਾਹਿਬ ਤੋਂ ਜਾਣ ਲੈਣਾ। ਥੈਂਕ ਯੂ ਜੀ। 28 ਤਰੀਕ ਨੂੰ 7 ਦਸੰਬਰ ਕਮਿਊਨਿਟੀ ਸੈਂਟਰ ਜਿਹੜਾ ਕਿ ਫਲੈਸ਼ਿੰਗ ਦੇ ਵਿੱਚ ਹੈ, ਉੱਥੇ ਠੀਕ ਸ਼ਾਮ ਨੂੰ 8 ਵਜੇ ਇਹ ਜਿਹੜਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ। ਸੋ ਮੈਨੂੰ ਪਤਾ ਕਿ ਉਹ ਜਿਹੜਾ ਹਾਲ ਦੀ ਬਹੁਤ ਵੱਡੀ ਕਪੈਸਿਟੀ ਨਹੀਂ, ਸਾਡਾ ਆਲਮੋਸਟ 70-80% ਟਿਕਟਾਂ ਜਾ ਚੁੱਕੀਆਂ। ਸੋ ਸਾਰਿਆਂ ਨੂੰ ਇਹ ਇੱਕ ਪਰਿਵਾਰਕ ਸ਼ੋਅ ਹੈ, ਸੋ ਅਸੀਂ ਸਾਰਿਆਂ ਨੂੰ ਬੇਨਤੀ ਕਰ ਰਹੇ ਹਾਂ ਕਿ ਇਸ ਪਰਿਵਾਰਕ ਸ਼ੋਅ ਦੇ ਵਿੱਚ, ਕਿਉਂਕਿ ਕਹਿੰਦੇ ਹਨ ਯਾਦਾਂ ਜਿਹੜੀਆਂ ਹਨ ਯਾਦਾਂ ਰਹਿ ਜਾਂਦੀਆਂ ਮਗਰੋਂ ਮਗਰੋਂ ਮਿਸ ਕਰਦੇ ਹਨ, ਸੋ ਸਾਰਿਆਂ ਨੇ ਹੀ ਤੁਸੀਂ ਇਸ ਸ਼ੋਅ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣਾ। ਸੈਚਰਡੇ 28 ਤਰੀਕ ਨੂੰ ਸ਼ਾਮ ਨੂੰ 8 ਵਜੇ ਕਮਿਊਨਿਟੀ ਸੈਂਟਰ 143-09 ਹੋਲੀ ਐਵਨੂ ਫਲਸ਼ਿੰਗ। ਬਿਲਕੁਲ, ਅਤੇ ਤੁਸੀਂ 28 ਤਰੀਕ ਨੂੰ ਜ਼ਰੂਰ ਧਿਆਨ ਰੱਖਿਓ, ਆਪਣੇ ਜਿੰਨੇ ਵੀ ਪ੍ਰੋਗਰਾਮ ਨੇ ਆਪਣੇ ਕੈਲੰਡਰ ਦੇ ਵਿੱਚ ਉਹਨੂੰ ਐਡ ਕਰ ਲਓ। ਯੂ ਹੈਵ ਟੂ ਗੋ ਐਂਡ ਵਾਚ ਹਰਭਜਨ ਮਾਨ ਪਰਫੋਰਮਿੰਗ ਲਾਈਵ ਇਨ ਕਮਿਊਨਿਟੀ ਸੈਂਟਰ ਇਨ ਫਲਸ਼ਿੰਗ ਇਨ ਨਿਊਯਾਰਕ 20 ਦਸੰਬਰ। ਆਪਣੀ ਪਾਲੋ ਜ਼ਹਿਨ ਦੇ ਵਿੱਚ। ਅਤੇ ਮਾਨ ਸਾਹਿਬ, ਤੁਸੀਂ ਗੱਲ ਕਰ ਰਹੇ ਸੀਗੇ ਲੋਕ ਗਾਇਕੀ ਦੀ, ਅਤੇ ਮੈਂ ਗੱਲ ਕੀਤੀ ਸੀ ਕਿ ਕਿਤੇ ਨਾ ਕਿਤੇ ਹੁਣ ਉਹ ਗੁਆਚ ਗਈ ਆ, ਅਲੋਪ ਹੋ ਰਹੀ ਹੈ, ਫਿਰ ਵੀ ਤੁਸੀਂ ਉਹਨੂੰ ਜ਼ਿੰਦਾ ਰੱਖਣ ਦੇ ਲਈ ਹਮੇਸ਼ਾ ਕਵਾਇਦ ਆਪਣੇ ਕੰਧਿਆਂ ਦੇ ਉੱਤੇ ਚੱਕਦੇ ਹੋ, ਅਤੇ ਹੋਰ ਸਾਨੂੰ ਕਿਹੜੀ ਗੱਲਾਂ ਦੀ ਲੋੜ ਹੈਗੀ ਆ? ਮੇਰੀ ਜ਼ਿੰਦਗੀ ਦੀ ਜਿਹੜੀ ਗਾਇਕੀ ਦੀ ਸ਼ੁਰੂਆਤ ਹੋਈ ਸੀ ਜੀ, ਉਹ ਸੀ ਚਿੱਠੀਏ ਤੋਂ ਜੀ। ਅਤੇ ਅੱਜ 27 ਸਾਲਾਂ ਬਾਅਦ ਵੀ ਜਿਹੜਾ ਮੇਰਾ ਲੇਟੈਸਟ ਗਾਣਾ ਆਇਆ ਉਹ ਸੀ ਕਿ ਤੇਰੇ ਪਿੰਡ ਗਈ ਸਾਂ ਵੀਰਾ ਵੇ ਫਿਰਨੀ ਅਤੇ ਰੋ ਕੇ ਮੁੜ ਆਈ ਹਾਂ ਜੀ। ਅਤੇ ਉਹ ਜਿਹੜਾ ਉਹ ਗੀਤ ਨੂੰ ਪਿਆਰ ਮਿਲਿਆ, ਜੋ ਉਸ ਗਾਣੇ ਨੂੰ ਫੀਡਬੈਕ ਮਿਲੀ, ਮੈਨੂੰ ਇਹ ਲੱਗਦਾ ਜੀ ਕਿ ਜਿਹੜੇ ਸਰੋਤੇ ਦਾ ਟੇਸਟ ਹੈ ਜਿਹੜਾ ਉਹ, ਜਿਸ ਤਰ੍ਹਾਂ ਬਾਜ਼ਾਰ ਦੇ ਵਿੱਚ ਹਰ ਤਰ੍ਹਾਂ ਦਾ ਸੌਦਾ, ਹਰ ਤਰ੍ਹਾਂ ਦਾ ਗਾਹਕ ਹੈ ਜੀ, ਅਤੇ ਗਾਇਕੀ ਜਿਹੜੀ ਹਮੇਸ਼ਾ ਉਹ ਹਰ ਅਲੱਗ ਅਲੱਗ ਰੰਗਾਂ ਦੀ ਹੈ ਜੀ। ਕਿਹੜਾ ਗਾਇਕ ਕਿਸ ਤਰ੍ਹਾਂ ਦਾ ਗਾਉਂਦਾ, ਕਿਸ ਤਰ੍ਹਾਂ ਦੀ ਉਹ ਗਾਇਕੀ ਆਪਦੀ ਹੈ ਜਿਹੜੀ ਉਹ ਸ਼ੋਕੇਸ ਕਰਨੀ ਚਾਹੁੰਦਾ, ਉਹ ਕਲਾਕਾਰ 'ਤੇ ਨਿਰਭਰ ਹੈ ਜੀ। ਅਤੇ ਉਹਨੂੰ ਸਰੋਤੇ ਸੁਣਨ ਵਾਲੇ ਨੇ, ਹਰ ਰੰਗ ਦੀ ਜਿਹੜੀ ਗਾਇਕੀ ਹੈ ਸਰੋਤੇ ਉਸ ਤਰ੍ਹਾਂ ਦੇ ਉਹਨੂੰ ਸੁਣਨ ਵਾਲੇ ਨੇ। ਮੈਂ ਇਸ ਦੌਰ ਦੇ ਵਿੱਚ ਦੇਖਿਆ ਕਿ ਬੜੀਆਂ ਚੇਂਜਸ ਆਈਆਂ, ਬੜੇ ਬਦਲਾਵ ਆਏ, ਪਰ ਮੇਰੇ 'ਤੇ ਕੋਈ ਉਹਦਾ ਕਦੇ ਅਸਰ ਨਹੀਂ ਪਿਆ ਜੀ, ਕਿਉਂਕਿ ਮੈਂ ਆਪਦੇ, ਮੇਰਾ ਫੋਕਸ, ਮੇਰਾ ਜਿਹੜਾ ਟਾਰਗੇਟ ਉਹ ਕਲੀਅਰ ਹੈ ਕਿ ਮੈਂ ਜ਼ਿੰਦਗੀ 'ਚ ਆਹ ਗਾਉਣਾ, ਇਸ ਤਰ੍ਹਾਂ ਦਾ ਗਾਉਣਾ। ਅਤੇ ਮੈਨੂੰ ਉਹਦੇ ਵਿੱਚ ਲੋਕਾਂ ਦਾ ਜਿਹੜਾ ਪਿਆਰ ਆ, ਲੋਕਾਂ ਦੀਆਂ ਦੁਆਵਾਂ, ਜਾਂ ਜਿਹੜਾ ਆਪਾਂ ਕਹਿ ਲਈਏ ਕਿ ਸ਼ੋਜ਼ ਦੀ, ਜਾਂ ਇਹਨਾਂ ਚੀਜ਼ਾਂ ਦੀ ਕਦੇ ਕਮੀ ਮਹਿਸੂਸ ਨਹੀਂ ਹੋਈ ਜੀ। ਤੁਸੀਂ ਆਪਣੇ ਵੱਲੋਂ ਜਿਹੜਾ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਰਹੋ, ਅਤੇ ਬਾਕੀ ਵਕਤੀ ਕਿੰਨੇ ਮੈਂ ਰੰਗ ਦੇਖੇ, ਵਕਤੀ ਜਿਹੜੀਆਂ ਬੜੀਆਂ ਚੜ੍ਹਾਈਆਂ ਦੇਖੀਆਂ ਜੀ, ਅਤੇ ਮੁੜ ਕੇ 1-2 ਸਾਲਾਂ ਬਾਅਦ ਉਹ ਕਿਤੇ ਨਜ਼ਰ ਨਹੀਂ ਆਏ। ਜਿੰਨੀ ਦੇਰ ਅਸੀਂ ਜ਼ਮੀਨ ਨਾਲ ਜੁੜ ਕੇ ਕੰਮ ਕਰਾਂਗੇ, ਅਸੀਂ ਲੋਕਾਂ ਦੇ ਬਣ ਕੇ, ਲੋਕਾਂ ਦੇ ਦੁੱਖ ਸੁੱਖ, ਲੋਕਾਂ ਦੀਆਂ ਹਾਸਾ ਮਜ਼ਾਕ, ਲੋਕਾਂ ਦੀ ਜਿਹੜੀ ਰੋਜ਼ਮਰਾ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਅਸੀਂ ਗਾਣੇ ਗਾਵਾਂਗੇ, ਉਹ ਚਾਹੇ ਉਹ ਗਾਣਾ ਚਾਹੇ ਉਹ ਫਿਲਮ ਹੈ, ਸਦਾ ਆਰਟਿਸਟ ਕਿਸੇ ਨੇ ਰਹਿਣਾ ਨਹੀਂ ਜਿਸਮਾਨੀ ਤੌਰ 'ਤੇ, ਪਰ ਉਹ ਜਿਹੜੇ ਅੱਛੇ ਗੀਤ ਆ, ਅੱਜ ਵੀ ਯਮਨਲਾ ਜੀ ਦਾ ਗਾਣਾ ਵੱਜਦਾ ਅਤੇ ਅਸੀਂ ਉੱਥੇ ਰੁਕ ਜਾਂਦੇ ਹੈਗੇ ਜੀ, ਹੈ ਨਾ ਜੀ। ਅਤੇ ਸੋ ਮੇਰਾ ਖਿਆਲ ਹੈ ਕਿ ਲੋਕ ਗਾਇਕੀ ਕਦੇ ਨਾ ਮਰੀ ਹੈ ਨਾ ਮਰਨੀ ਹੈ। ਕਰੈਕਟ। ਸੋ ਜਿਵੇਂ ਲੋਕ ਗਾਇਕੀ ਦੀ ਗੱਲ ਕੀਤੀ ਸੀਗੀ ਕਿ ਇਹ ਅਲੋਪ ਨਹੀਂ ਹੋ ਰਹੀ, ਅਤੇ ਜਿਵੇਂ ਸਾਨੂੰ ਕਲੀਅਰ ਕਰਤਾ ਮਾਨ ਸਾਹਿਬ ਨੇ ਕਿ ਇਹ ਜਿੰਦਾ ਹੈਗੀ ਹੈ, ਲੇਕਿਨ ਕੋਸ਼ਿਸ਼ ਇਹ ਹੁੰਦੀ ਕਿ ਉਹਨੂੰ ਅਸੀਂ ਕਿਸ ਨਜ਼ਰੀਏ ਨਾਲ ਵੇਖਦੇ ਹਾਂ। ਐਂਡ ਦਾ ਬੈਸਟ ਥਿੰਗ ਅਬਾਊਟ ਯੂ ਮਾਨ ਸਾਹਿਬ, ਕਿ ਜਿਹੜਾ ਫਿਲਮੀ ਪਰਦਾ ਹੈਗਾ ਜਿਹਨੂੰ ਅਸੀਂ ਪੋਲੀਵੁੱਡ ਕਹਿੰਦੇ ਹਾਂ, ਆਈ ਥਿੰਕ ਉਹਦੀ ਵੀ ਸ਼ੁਰੂਆਤ ਤੁਸੀਂ ਕੀਤੀ ਹੈ। ਉਸ ਤੋਂ ਬਾਅਦ ਯੂ ਨੋ ਤੁਹਾਨੂੰ ਫੋਲੋ ਕਰਦੇ 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 ਅੱਜ ਜ਼ਮਾਨਾ ਇਸ ਪੋਲੀਵੁੱਡ ਲੈਵਲ ਤੱਕ ਪਹੁੰਚ ਚੁੱਕਿਆ। ਬਿਲਕੁਲ ਜੀ, ਇਸ ਚੀਜ਼ ਦੀ ਮੈਨੂੰ ਸਭ ਤੋਂ ਵੱਡੀ ਖੁਸ਼ੀ ਹੈ ਕਿ ਜਿਹੜੀ GNU ਦੇ ਨਾਲ ਪੰਜਾਬੀ ਸਿਨੇਮੇ ਦਾ ਇੱਕ ਰਿਵਾਈਵਲ ਜਿਹੜੀ ਦੁਬਾਰਾ ਤੋਂ ਸ਼ੁਰੂ ਹੋਈ ਸੀ ਜੀ, ਅਤੇ ਅੱਜ ਉਹ ਸਿਨੇਮਾ ਇੱਕ ਪੂਰੀ ਇੰਡਸਟਰੀ ਬਣ ਗਿਆ, ਅਤੇ ਅੱਜ ਜਿੱਥੇ ਬੇਸ਼ੁਮਾਰ ਪੰਜਾਬੀ
ਫਿਲਮਾਂ ਬਣ ਰਹੀਆਂ ਅੱਜ ਪੰਜਾਬੀ ਲੋਕਾਂ ਦੀ ਪਹਿਲੀ ਪ੍ਰੈਫਰੈਂਸ ਆ ਜਿਹੜੀ ਉਹ ਪੰਜਾਬੀ ਫਿਲਮ ਹੋ ਗਈ ਹੈ ਉਹਦੇ ਮੁਕਾਬਲੇ ਹਿੰਦੀ ਜਾਂ ਇੰਗਲਿਸ਼ ਫਿਲਮ ਲੱਗੀ ਹੋਵੇ ਤਾਂ ਪੰਜਾਬੀ ਅੱਜ ਪਹਿਲ ਉਹ ਪੰਜਾਬੀ ਸਿਨੇਮੇ ਨੂੰ ਦਿੰਦਾ ਜੀ ਅਤੇ ਨਾਲ ਦੀ ਨਾਲ ਅੱਜ ਬਹੁਤ ਵੱਡੀ ਤਾਦਾਦ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਾਡੇ ਲੋਕ ਜਿਹੜੇ ਇੱਕ ਆਪਾਂ ਕਹੀਏ ਕਿ ਜੋਬਸ ਕੰਮਾਂ 'ਤੇ ਕਿਉਂਕਿ ਫਿਲਮ ਮੇਕਿੰਗ ਦੇ ਨਾਲ ਇਕੱਲਾ ਐਕਟਰ ਹੀ ਨਹੀਂ ਬਿਜ਼ੀ ਹੁੰਦਾ ਜੀ ਪਰਦੇ ਪਿੱਛੇ ਵੀ ਹਜ਼ਾਰਾਂ ਲੋਕ ਨੇ ਜਿਹੜੇ ਉਹ ਇੰਡਸਟਰੀ ਨਾਲ ਜੁੜੇ ਹੁੰਦੇ ਆ ਅਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੰਜਾਬੀ ਸਿਨੇਮਾ ਜਿਹੜਾ ਪੂਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਜੀ ਔਰ ਪੰਜਾਬੀ ਸਿਨੇਮੇ ਨੂੰ ਦੁਨੀਆ ਭਰ ਦੇ ਲੋਕ ਆ ਜਿਹੜੇ ਅੱਜ ਦੇਖ ਰਹੇ ਆ ਜੀ ਔਰ ਇਸੇ ਗੱਲ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਇੱਕ ਜਿਹੜਾ ਕਲਾਕਾਰ ਹੁੰਦਾ ਉਹ ਆਪਣੇ ਪਰਫੋਰਮੈਂਸਿਸ ਵਿਸ਼ਵ ਦੇ ਵਿੱਚ ਜਾ ਕੇ ਪਰਫੋਰਮ ਕਰਦਾ ਲੇਕਿਨ ਉਹ ਦਿੰਦਾ ਕੀ ਆ ਤੁਹਾਨੂੰ ਉਹ ਇੱਕ ਬਹੁਤ ਵੱਡਾ ਸਵਾਲ ਹੁੰਦਾ ਅਤੇ ਅੱਜ ਉਹੀ ਗੱਲ ਹੈਗੀ ਹੈ ਕਿ ਹਰਭਜਨ ਮਾਨ ਸਾਹਿਬ ਦੀ ਜੇ ਤੁਸੀਂ ਗਾਇਕੀ ਨੂੰ ਸੁਣਦੇ ਹੋ ਉਹਨਾਂ ਦੇ ਜਿਹੜੇ ਲਿਰਿਕਸ ਨੂੰ ਸੁਣਦੇ ਹੋ ਉਹ ਕਿਤੇ ਨਾ ਕਿਤੇ ਤੁਹਾਨੂੰ ਇੰਸਪਾਇਰਡ ਕਰਦੇ ਹਨ ਕਿ ਇਹ ਸਾਡੀ ਵਿਰਾਸਤ ਹੈ ਇਹ ਸਾਡੀ ਹੋਂਦ ਹੈ ਜਿਹਨੂੰ ਅਸੀਂ ਬਚਾ ਕੇ ਰੱਖਣਾ ਔਰ ਜਿਹਨੂੰ ਅਸੀਂ ਅੱਗੇ ਲੈ ਕੇ ਜਾਣਾ ਕਿਵੇਂ ਇੰਸਪਾਇਰ ਹੋਏ ਸੀਗੇ ਔਰ ਇਸ ਏਜ ਦੇ ਵਿੱਚ ਆਈ ਥਿੰਕ ਦਿਸ ਇਜ਼ ਵਾਟ ਯੂ ਕਾਲ ਕਲਾਕਾਰ ਔਰ ਆਰਟਿਸਟ ਇਹ ਰਿਕਾਰਡਿੰਗ ਮੇਰਾ ਖਿਆਲ ਹੈ ਜੀ ਕਿ ਜਿਹੜੀ ਸ਼ਾਇਦ 82-83 ਦੀ ਹੈ ਜੀ ਜੀ ਅਤੇ ਅਸੀਂ ਕੈਨੇਡਾ ਜਦ ਆਏ ਤਾਂ ਇੱਥੇ ਵੀ ਜਿਹੜੀ ਗਾਇਕੀ ਦੀ ਜਿਹੜੀ ਸ਼ੁਰੂਆਤ ਪੰਜਾਬ 'ਚ ਹੋ ਗਈ ਸੀ ਤਾਂ ਅਸੀਂ ਇੱਥੇ ਬਰਕਰਾਰ ਰੱਖੀ ਅਤੇ ਪੰਜਾਬੀ ਦੀ ਕਹਾਵਤ ਵੀ ਜਿੱਥੇ ਚਾਹ ਉੱਥੇ ਰਾਹ ਜੀ ਅਤੇ ਜਦੋਂ ਤੁਹਾਡਾ ਮਨ ਜਿਸ ਕੰਮ ਵੱਲ ਹੋਵੇ ਤਾਂ ਫਿਰ ਪਰਮਾਤਮਾ ਅੱਗੋਂ ਰਾਹ ਬਣਾਈ ਜਾਂਦਾ ਜੀ ਅਤੇ ਇਹ ਸਾਡੀ ਜਿਹੜੀ ਸ਼ੁਰੂਆਤ ਸੀ ਅਤੇ ਹੁਣ ਮੈਂ ਕਈ ਵਾਰੀ ਇੱਕ ਦਿਨ ਮੈਂ ਖਾਸ ਤੌਰ 'ਤੇ ਗੁਰਸੇਵਕ ਨੂੰ ਫੋਨ ਕੀਤਾ ਮੈਂ ਬਹੁਤ ਧਿਆਨ ਨਾਲ ਹੈੱਡਫੋਨਸ ਲਾ ਕੇ ਸਾਰੀ ਰਿਕਾਰਡਿੰਗ ਸੁਣੀ ਅਤੇ ਮੈਂ ਕਿਹਾ ਯਾਰ ਗੁਰਸੇਵਕ ਉਸ ਵਕਤ ਤਾਂ ਛੋਟੇ ਸੀ ਪਤਾ ਹੀ ਨਹੀਂ ਸੀ ਪਰ ਮੈਨੂੰ ਅੱਜ ਰੀਅਲਾਈਜ਼ ਮੈਂ ਕੀਤਾ ਕਿ ਯਾਰ ਤੇਰੇ 'ਚ ਕਿੰਨਾ ਟੈਲੈਂਟ ਸੀ ਇੰਨੀ ਛੋਟੀ ਉਮਰ ਦੇ ਵਿੱਚ ਕਿਉਂਕਿ ਜਿਹੜਾ ਇੰਸਟਰੂਮੈਂਟ ਜਿਹੜੇ ਤਾਰ ਵਾਲੇ ਹੋਣ ਨਾ ਜੀ ਉਹ ਪਲੇ ਕਰਨੇ ਸਭ ਤੋਂ ਔਖੇ ਹੁੰਦੇ ਆ ਜਿਸ ਤਰ੍ਹਾਂ ਹਾਰਮੋਨੀਅਮ ਦੇ ਉੱਪਰ ਤੁਹਾਡੇ ਨੋਟਸ ਸਾਹਮਣੇ ਪਏ ਆ ਕਿ ਆ ਸਾ ਆ ਰੇ ਆ ਗਾ ਅਤੇ ਤੁਸੀਂ ਉਹ ਪਲੇ ਕਰਨਾ ਜਾਂ ਪੀਅਨ ਹੈ ਤੁਹਾਡੇ ਸਾਹਮਣੇ ਪਰ ਜਿਸ ਤਰ੍ਹਾਂ ਵਾਇਲਨ ਹੋ ਗਈ ਮੈਂਡੋਲਿਨ ਹੋ ਗਈ ਸਰੰਗੀ ਹੋ ਗਈ ਇਹ ਨੋਟਸ ਆ ਜਿਹੜੇ ਤੁਹਾਨੂੰ ਲੱਭਣੇ ਪੈਂਦੇ ਹੈਗੇ ਕਰੈਕਟ ਕਰੈਕਟ ਹੈ ਜੀ ਅਤੇ ਮੈਂ ਖਾਸ ਤੌਰ 'ਤੇ ਗੁਰਸੇਵਕ ਨੂੰ ਸ਼ਾਬਾਸ਼ੀ ਦਿੱਤੀ ਮੈਂ ਯਾਰ ਵਾਕਈ ਤੇਰੇ 'ਚ ਨੈਚੁਰਲੀ ਕੁਦਰਤ ਵੱਲੋਂ ਕੈਸਾ ਆਈ ਥਿੰਕ ਦਿਸ ਇਜ਼ ਵਾਟ ਯੂ ਕਾਲ ਵਰਸਟੈਲਿਟੀ ਜਿਹਨੂੰ ਅਸੀਂ ਵਰਸਟਾਈਲ ਕਹਿੰਦੇ ਹਾਂ ਔਰ ਅੱਜ ਉਹੀ ਦੇਣ ਹੈਗੀ ਹੈ ਕਿ ਇੱਕ ਇਹਨਾਂ ਦੇ ਵਿੱਚ ਤੁਸੀਂ ਸਿੰਗਰ ਨੂੰ ਵੇਖਦੇ ਹੋ ਇਹਨਾਂ ਦੇ ਵਿੱਚ ਤੁਸੀਂ ਇੱਕ ਆਰਟਿਸਟ ਨੂੰ ਵੇਖਦੇ ਹੋ ਇਹਨਾਂ ਦੇ ਵਿੱਚ ਤੁਸੀਂ ਐਕਟਰ ਨੂੰ ਵੇਖਦੇ ਹੋ ਇਹਨਾਂ ਦੇ ਵਿੱਚ ਤੁਸੀਂ ਇੱਕ ਫਿਲਮ ਦੇ ਡਾਇਰੈਕਟਰ ਨੂੰ ਦੇਖਦੇ ਹੋ ਪ੍ਰੋਡਿਊਸਰ ਨੂੰ ਵੇਖਦੇ ਹੋ ਸੋ ਮੈਨੂੰ ਲੱਗਦਾ ਅਗਰ ਮੈਂ ਇਹ ਗੱਲ ਕਹਾਂਗਾ ਤਾਂ ਘੱਟ ਨਹੀਂ ਹੋਣੀ ਬਾਜਵਾ ਸਾਹਿਬ ਦੀ ਹੀ ਮੈਨ ਆਫ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਵੀ ਕੈਨ ਸੇ ਦੈਟ ਦੇਖੋ ਜਦੋਂ ਇਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਪੈਰ ਧਰਿਆ ਸੀ ਉਸ ਟਾਈਮ ਦੇ ਉੱਤੇ ਸਾਡੇ ਪੰਜਾਬੀ ਦੇ ਬੜੇ ਬੜੇ ਵੱਡੇ ਸਟਾਰ ਜਿਹੜੇ ਬੰਬੇ ਬੈਠੇ ਸੀ ਜਾ ਕੇ ਜਿਹੜੇ ਬੜੀਆਂ ਵੱਡੀਆਂ ਵੱਡੀਆਂ ਹਿੰਦੀ ਫਿਲਮਾਂ ਵਿੱਚ ਬਣਾਉਂਦੇ ਸੀ ਉਹਨਾਂ ਦਾ ਬੜਾ ਨਾਂ ਸੀ ਸਾਡੇ ਪੰਜਾਬੀਆਂ ਨੂੰ ਵੀ ਬੜਾ ਮਾਣ ਸੀ ਕਿ ਸਾਡੇ ਉੱਥੇ ਗਏ ਨੇ ਪਰ ਕੋਈ ਵੀ ਬੋਲੀਵੁੱਡ ਦਾ ਸਾਡਾ ਪੰਜਾਬੀ ਸਟਾਰ ਪੰਜਾਬੀ ਮੂਵੀ ਹੱਥ ਪਾਉਣ ਨੂੰ ਤਿਆਰ ਨਹੀਂ ਸੀ ਕਿਉਂ ਐਵਰੀਬਡੀ ਵਾਸ ਕਮਰਸ਼ੀਅਲ ਉਹ ਸਾਰੇ ਕਮਰਸ਼ੀਅਲ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਅਸੀਂ ਪੰਜਾਬੀ ਲਈ ਕੁਛ ਕਰ ਰਹੇ ਹਾਂ ਉਹਨਾਂ ਦੇਖਿਆ ਕਿ ਅਸੀਂ ਜੇ ਪੰਜਾਬੀ ਫਿਲਮ ਬਣਾਉਂਦੇ ਹਾਂ ਇਹਦਾ ਬਜਟ ਕੀ ਹੈ ਇਹਦੇ ਵਿੱਚੋਂ ਸਾਨੂੰ ਫਾਇਦਾ ਕੀ ਹੋ ਰਿਹਾ ਫਿਰ ਜਿਹਨੇ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਹੱਥ ਪਾਉਣਾ ਸੀ ਉਹਨੇ ਕੀ ਕਹਿੰਦੇ ਹੁੰਦੇ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਸੀ ਇਹਨਾਂ ਨੇ ਉਦੋਂ ਬੜਾ ਵੱਡਾ ਇੱਕ ਰਿਸਕ ਲੈ ਕੇ ਆਪਣਾ ਸਾਰੀ ਟੀਮ ਜਿਹੜੀ ਸੀ ਇਹਨਾਂ ਨੇ ਲੈ ਕੇ ਬੜਾ ਉਦੋਂ ਕੰਮ ਸ਼ੁਰੂ ਕੀਤਾ ਸੀ ਪਰ ਪਰਮਾਤਮਾ ਨੇ ਜਿੱਦਾਂ ਕਿਸੇ ਨੂੰ ਕੋਈ ਸੋਭਾ ਦੇਣੀ ਹੁੰਦੀ ਹੈ ਕਿ ਇਹਨਾਂ ਨੇ ਇੱਕ ਵਾਰੀ ਪੰਜਾਬੀ ਫਿਲਮ ਇੰਡਸਟਰੀ ਨੂੰ ਫਿਰ ਦੁਬਾਰਾ ਤੋਂ ਸ਼ੁਰੂ ਕਰਨਾ ਬਾਕੀ ਲੋਕ ਗੀਤ ਦੀ ਤੁਸੀਂ ਗੱਲ ਚੱਲ ਰਹੀ ਪੁਰਾਣੇ ਸਮੇਂ ਦੇ ਵਿੱਚ ਜਦੋਂ ਮਾਂ ਸੀਸ ਦਿੰਦੀ ਸੀ ਕਹਿੰਦੀ ਪੁੱਤਰ ਤੇਰੀ ਉਮਰ ਇੰਨੀ ਹੋਵੇ ਲੋਕ ਗੀਤ ਜਿੰਨੀ ਹੋਵੇ ਅਤੇ ਜਿਹਨਾਂ ਦੇ ਇੰਨੇ ਲੋਕ ਗੀਤ ਲੋਕਾਂ ਦੇ ਬਣ ਗਏ ਹੋਰ ਉਹਨਾਂ ਨੂੰ ਹੋਰ ਦੁਨੀਆ ਤੋਂ ਕੀ ਚਾਹੀਦਾ ਬਿਲਕੁਲ ਅਤੇ ਜਿਹਨਾਂ ਦੇ ਲੋਕ ਗੀਤ ਬਣ ਚੁੱਕੇ ਨੇ ਉਹਨਾਂ ਨੂੰ ਦੁਨੀਆ ਤੋਂ ਹੋਰ ਕੀ ਚਾਹੀਦਾ ਜੇਕਰ ਤੁਹਾਨੂੰ ਲਾਈਵ ਸੁਣਨ ਨੂੰ ਮਿਲੇ ਅਤੇ ਕਹਿੰਦੇ ਰਲ ਸੰਘ ਮਿੱਤਰਾਂ ਦੇ ਛੇਤੀ ਬਣ ਬਿਸਤਰਾ ਕਾਫਿਰ ਤੁਸੀਂ ਆਪਣਾ ਜਿਹੜਾ ਬਿਸਤਰਾ ਉਹਨੂੰ ਬਣਨਾ ਨਹੀਂ ਹੈਗਾ ਅਤੇ ਪਿੱਛੇ ਇੱਕ ਰਾਜ਼ ਹੈਗਾ ਆਈ ਟੈਲ ਯੂ ਉਹ ਰਾਜ਼ ਕੀ ਹੈਗਾ ਮਾਨ ਸਾਹਿਬ ਤੁਹਾਨੂੰ ਜ਼ਰੂਰ ਉਸ ਬਾਰੇ ਦੱਸਣਗੇ ਇਹ ਕਿੱਥੋਂ ਇੰਸਪਾਇਰ ਹੈਗਾ ਵਿਲ ਕਮ ਆਫਟਰ ਦਿਸ ਸ਼ਾਰਟ ਬ੍ਰੇਕ ਔਰ ਦਿਸ ਸ਼ਾਰਟ ਬ੍ਰੇਕ ਤੋਂ ਬਾਅਦ ਵਾਪਿਸ ਆਵਾਂਗੇ ਰੱਖਾਂਗੇ ਇਸ ਮੁੱਦੇ ਨੂੰ ਇਸੇ ਤਰੀਕੇ ਨਾਲ ਜਾਰੀ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਜੀ ਬ੍ਰੇਕ ਤੋਂ ਬਾਅਦ ਸਵਾਗਤ ਹੈ ਸਾਡੇ ਸਾਰੇ ਦਰਸ਼ਕਾਂ ਦਾ 28 ਸਪਟੰਬਰ ਨੂੰ ਕਮਿਊਨਿਟੀ ਸੈਂਟਰ ਫਲਸ਼ਿੰਗ ਨਿਊਯਾਰਕ ਵਿਖੇ ਮਾਨ ਸਾਹਿਬ ਪਰਫੋਰਮ ਕਰ ਰਹੇ ਨੇ ਲਾਈਵ ਸੋ ਬਲਵਿੰਦਰ ਬਾਜਵਾ ਜੀ ਬਹੁਤ ਬਹੁਤ
सब तो पहला तो तुहानू मुबारक क्योंकि तुसी हमेशा यह भार अपने कंधे ते चकदे हो और लोक गायकी नूं और पंजाब दे सभ्याचार नूं ते विरासत नूं जिंदा रखदे हो। तो मैं हुण जरूर चाहना कि अपने दर्शकों तो भी असीं सुनीए कि ओह की कुछ अपील करना चाहुंदे हन। सत श्री अकाल जी, तुसीं आउंदे हो, कौन बोल रहे हो, कित्थों बोल रहे हो? हाँ जी, सत श्री अकाल हरकेट, तो तुहानूं वी ते हर भजन तुहानूं सारिआं नूं। सत श्री अकाल, मैं जगदीप सिंह बोल रहा न्यूयॉर्क तों। जी सत श्री अकाल जी, हर भजन नूं स्पैशल तौर ते मैं कहांगा कि तुहाडे शाबाश जिहड़ा तुसीं पंजाबी गायकी नूं इन्नी प्रफुल्लित कीता है और बड़ी साफ सुथरी गाया, और मेरे ख्याल सानूं माण है तुहाडे ते इस गल दा, और क्योंकि तुहाडे सारे ही सौंग असीं तकरीबन घरां च बैठ के सुणदे आं और मन नूं अच्छे लगदे है, और तुसीं बहुत ਔਰ ਅੰਦਰੋਂ ਉਸ ਗਾਣੇ ਨੂੰ ਗਾਉਂਦੇ ਹੋ ਜਿਹੜੀ ਕਿ ਤੁਹਾਡੇ ਜਿਵੇਂ ਕਹਿੰਦੇ ਬਹੁਤ ਵੱਡੀ ਖਾਸੀਅਤ ਹੈਗੀ ਹੈ। ਸੋ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਤੁਹਾਡਾ, ਕਿਉਂਕਿ ਬਹੁਤ ਜ਼ਿਆਦਾ ਜਿਹੜੇ ਹੈਗੇ ਨੇ ਲੋਕ ਲਾਈਨ 'ਚ ਹੈਗੇ ਨੇ ਕਾਲਾਂ ਲਈ। ਸੋ ਮੈਂ ਡੈਫੀਨੇਟਲੀ ਚਾਹਾਂਗਾ ਕਿ ਦੋ ਲਾਈਨਾਂ ਬਾਬਲ ਮੇਰੀਆਂ ਗੁੱਡੀਆਂ। ਬੜੀ ਮਿਹਰਬਾਨੀ ਜੀ, ਬਹੁਤ ਧੰਨਵਾਦ, ਬਹੁਤ ਪਿਆਰੇ ਲਫ਼ਜ਼ ਤੁਸੀਂ ਹੌਸਲਾ ਅਫਜ਼ਾਈ ਦੇ ਬੋਲੇ, ਥੈਂਕ ਯੂ ਸੋ ਮੱਚ, ਬਹੁਤ ਮਿਹਰਬਾਨੀ ਜੀ। ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ, ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ, ਲਿਖੀਆਂ ਨਸੀਬਾਂ ਦੀਆਂ, ਲਿਖੀਆਂ ਨਸੀਬਾਂ ਦੀਆਂ ਚੋਲੀ ਦੇ ਵਿੱਚ ਪੈ ਗਈਆਂ, ਹੈ ਬਾਬਲ ਮੇਰੀਆਂ, ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ। ਕਿਆ ਬਾਤ ਹੈ, ਕਿਆ ਬਾਤ, ਕਿਆ ਬਾਤ ਹੈ। ਮਾਨ ਸਾਹਿਬ, ਮੈਨੂੰ ਯਾਦ ਹੈਗਾ ਇੱਕ ਗਾਣਾ ਤੁਹਾਡਾ ਹੋਰ ਵੀ ਆਇਆ ਸੀਗਾ ਜਿਹਦੇ ਵਿੱਚ ਜਾਗੋ ਦੀ ਗੱਲ ਹੋਈ ਸੀਗੀ, ਤੁਸੀਂ ਕਿਹਾ ਸੀ ਉਹ ਜਾਗੋ ਅੱਜ ਕੱਲ੍ਹ ਤਾਂ ਸਿਰਫ ਟੀਵੀਆਂ ਦੇ ਉੱਤੇ ਹੀ ਰਹਿ ਗਈਆਂ, ਸੋ ਤੁਹਾਨੂੰ ਲੱਗਦਾ ਕਿ ਅੱਜ ਉਹ ਟ੍ਰੈਂਡ ਸ਼ੁਰੂ ਹੋ ਚੁੱਕਿਆ? ਦੇਖੋ ਜੀ, ਇੱਕ ਜਿਹੜੀ ਚੇਂਜ ਆ, ਬਦਲਾਵ ਆ ਜਿਹੜਾ, ਉਹ ਕੁਦਰਤ ਦਾ ਨੇਮ ਆ, ਆਪਾਂ ਉਹਨੂੰ ਉਹਦੇ ਅਗੇਂਸਟ ਆਪਾਂ ਜਾ ਨਹੀਂ ਸਕਦੇ ਜੀ। ਸਾਡਾ ਖਾਣ ਪੀਣ, ਸਾਡਾ ਪਹਿਰਾਵਾ, ਬਹਿਣ ਉੱਠਣ, ਸਾਡਾ ਕਮਿਊਨੀਕੇਸ਼ਨ, ਸਾਰੀਆਂ ਚੀਜ਼ਾਂ ਬਦਲ ਗਈਆਂ। ਕਰੈਕਟ। ਅਤੇ ਫਿਰ ਜਾਗੋ ਨੂੰ ਵੀ ਇਲੈਕਟ੍ਰੋਨਿਕ ਹੋਣਾ ਹੀ ਸੀਗਾ ਜੀ, ਅਤੇ ਉਹ ਮੈਨੂੰ ਲੱਗਦਾ ਕਿ ਜਿਹੜਾ ਪਹਿਲੇ ਆਪਾਂ ਬਿਲਕੁਲ ਪ੍ਰੈਕਟੀਕਲ ਤਰੀਕੇ ਨਾਲ ਦੀਵੇ ਨੂੰ ਬਾਲਦੇ ਸੀਗੇ, ਹੁਣ ਉਹ ਵੀ ਜਿਹੜਾ ਬਾਜਵਾ ਸਾਹਿਬ ਇਲੈਕਟ੍ਰੋਨਿਕ ਆ ਗਿਆ, ਉਹਨੂੰ ਵੀ ਉਸ ਤਰੀਕੇ ਨਾਲ ਬਾਲਿਆ ਜਾਂਦਾ, ਪਰ ਐਂਡ ਆਫ ਦਾ ਡੇ ਐਂਟਰਟੇਨਮੈਂਟ ਦੇ ਤੌਰ 'ਤੇ ਵੱਖ ਵੱਖ ਗੱਲਾਂ 'ਤੇ ਬਦਲ ਰਹੀਆਂ ਹਨ, ਲੇਕਿਨ ਤਕਨੀਕ ਦੇ ਹਿਸਾਬ ਨਾਲ ਮੈਨੂੰ ਲੱਗਦਾ ਕਿ ਜਿਹੜੇ ਪਰਫੋਰਮੈਂਸ ਹੈਗੀ ਹੈ ਉਹ ਅੱਜ ਵੀ ਬਰਕਰਾਰ ਹੈਗੀ ਹੈ ਪਿਛਲੇ 25 ਸਾਲਾਂ ਤੋਂ ਜਿਸ ਤਰੀਕੇ ਨਾਲ ਪਰਫੋਰਮ ਕਰਦੇ ਸੀਗੇ। ਕਾਲਰ ਮੇਰੇ ਨਾਲ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਹੈਲੋ, ਆਈ ਥਿੰਕ ਮੈਨੂੰ ਲੱਗਦਾ ਕੋਈ ਟੈਕਨੀਕਲ ਪ੍ਰੋਬਲਮ ਹੈਗੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ? ਜੀ 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 ਜੀ, ਕੀ ਸਵਾਲ ਹੈ ਤੁਹਾਡਾ? ਹਾਂਜੀ, ਮੇਰਾ ਸਵਾਲ ਹੈ ਜੀ ਜੀ ਜੀ, ਕੀ ਪੁੱਛਣਾ ਚਾਹੁੰਦੇ ਹੋ? ਮੈਂ ਪੁੱਛਣਾ ਚਾਹੁੰਦੀ ਹਾਂ ਕਿ ਇਹਨਾਂ ਦਾ ਜਿਹੜਾ ਗੀਤ ਹੈ ਨਾ, ਉਹ ਮਾਨਾ ਮਰ ਜਾਣਾ, ਯਾਦਾਂ ਰਹਿ ਜਾਣੀਆਂ ਵਾਲਾ। ਹਾਂਜੀ 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 ਹਾਂਜੀ। ਸੋ ਮੇਰੇ ਨਾਲ ਕਾਫੀ ਸਾਰੇ ਕਾਲਰ ਜੁੜੇ ਹੋਏ ਨੇ, ਉਹਨਾਂ ਤੋਂ ਵੀ ਆਪਾਂ ਸੁਣ ਲੈਂਦੇ ਕੀ ਕੁਝ ਉਹ ਸਾਨੂੰ ਦੱਸਣਾ ਚਾਹੁੰਦੇ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ? ਸਤਿ ਸ਼੍ਰੀ ਅਕਾਲ ਪਰਿਵਾਰ, ਉਹਨਾਂ ਨੂੰ ਵੀ ਜੀ 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 ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਇਹਨਾਂ ਨੇ ਤਾਂ ਮੁਰਤੇ ਜਦੋਂ ਬਣਾਈ ਸੀਗੀ, ਮਾਨ ਬਤਨਾ ਦੇ ਬਣਾਈ, ਉਹ ਤੋਂ ਬਾਅਦ ਪੰਜਾਬੀ ਮੂਵੀਆਂ ਸ਼ੁਰੂ ਹੋਈਆਂ, ਪਹਿਲਾਂ ਤਾਂ ਸਾਰੀਆਂ ਦੱਬੇ ਹੋ ਗਈਆਂ ਸੀ ਜੀ 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 ਜੀ, ਉਹੀ ਗੱਲ ਕਰਦੇ ਸੀਗੇ ਜੀ। ਹਾਂਜੀ, ਇਹ ਬਹੁਤ ਸੋਹਣਾ ਇਹਨਾਂ ਦਾ ਜਿਹਦੇ ਵਾਸਤੇ ਰਹਿਣ, ਜਿਹੜੇ ਇਹਨੇ ਪੰਜਾਬੀ ਨੂੰ ਮੋਰਚੇ ਖੜੀ ਕਰ ਦਿੱਤਾ ਜੀ। ਚਲੋ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਤੁਹਾਡਾ। ਜਿਹੜੀ ਮੈਂ ਨਹੀਂ, ਹੁਣ ਨਵਾਂ ਗਾਣਾ ਇਹਨੇ ਸ਼ੁਰੂ ਕੀਤਾ, ਉਹ ਜ਼ਰੂਰ ਸੁਣਾਉਣ, ਜਿਹੜਾ ਕਹਿੰਦੇ ਭਾਈ ਬਾਬਾ ਤੇਰੇ ਘਰ ਮੋਰ ਚੱਲੀ ਆ। ਬਿਲਕੁਲ ਬਿਲਕੁਲ, 28 ਸਪਟੰਬਰ ਨੂੰ ਸੁਣਾ ਰਹੇ ਨੇ ਫਲਸ਼ਿੰਗ ਦੇ ਵਿੱਚ ਕਮਿਊਨਿਟੀ ਸੈਂਟਰ ਦੇ ਵਿੱਚ। ਹਰ ਇੱਕ ਘਰ ਦੀ ਕਹਾਣੀ ਹੈ ਜੀ, ਤੁਹਾਡੇ ਮੇਰੇ ਸਾਰਿਆਂ ਦੇ ਜੋ ਪ੍ਰਦੇਸ਼ਾਂ ਵਿੱਚ ਬੈਠੇ ਆ, ਪਿੱਛੇ ਸਾਡੇ ਪਿੰਡਾਂ ਦੀ, ਸਾਡੇ ਘਰਾਂ ਦੀ ਜਿਹੜੀ ਇਹ ਹਾਲਾਤ ਸਭ ਦੇ ਹੌਲੀ ਹੌਲੀ ਜ਼ਿਆਦਾਤਰ ਦੇ ਬਣ ਗਏ ਜਾਂ ਬਾਕੀਆਂ ਦੇ ਬਣ ਜਾਣੇ ਆ, ਕਿ
ਕੋਈ ਸਾਂਝ ਨਾ ਰਹਿੰਦੀ ਧੀਆਂ ਦੀ ਜਦ ਮਰ ਜਾਂਦੇ ਨੇ ਮਾਪੇ ਜਦ ਵੀਰ ਮਰਨ ਜੂ ਪੇਕਿਆਂ ਦੀ ਫਿਰ ਉਜੜੀ ਉਜੜੀ ਜਾਪੇ ਵੇ ਮੈਂ ਕਿਹੜੇ ਵਿਹੜੇ ਪੈਰ ਤਰਾਂ ਕਿਹੜੇ ਵਿਹੜੇ ਪੈਰ ਤਰਾਂ ਕਮਲੀ ਜੀ ਹੋ ਕੇ ਮੁੜ ਆਈਆਂ ਵੇ ਤੇਰੇ ਪਿੰਡ ਗਈ ਸਾਂ ਵੀਰਾ ਵੇ ਫਿਰ ਨੀ ਤੇ ਰੋ ਕੇ ਮੁੜ ਆਈਆਂ ਤੇਰੇ ਪਿੰਡ ਗਈ ਸਾਂ ਵੀਰਾ ਵੇ ਫਿਰ ਨੀ ਤੇ ਰੋ ਕੇ ਮੁੜ ਆਈਆਂ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਮੈਨੂੰ ਲੱਗਦਾ ਕਿ ਜ਼ੋਰ ਨਾਲ ਤਾੜੀਆਂ ਤੁਸੀਂ ਘਰ ਦੇ ਵਿੱਚ ਬੈਠ ਕੇ ਇਸ ਟਾਈਮ ਮਾਰ ਰਹੇ ਹੋਣੇ ਹੋ ਲੇਕਿਨ ਤੁਹਾਨੂੰ 28 ਸਪਟੈਂਬਰ ਨੂੰ ਫਲਸ਼ਿੰਗ ਕਮਿਊਨਿਟੀ ਸੈਂਟਰ ਦੇ ਵਿੱਚ ਆ ਕੇ ਵੀ ਜ਼ੋਰ ਨਾਲ ਤਾੜੀਆਂ ਮਾਰਨੀਆਂ ਅਤੇ ਹੌਸਲਾ ਅਫਜ਼ਾਈ ਕਰਨੀ ਹੈ ਮਾਨ ਸਾਹਿਬ ਦੀ ਤਾਂ ਕਿ ਤੁਸੀਂ ਉੱਥੇ ਆ ਕੇ ਲਾਈਵ ਜਿਹੜਾ ਹੈਗਾ ਉਹ ਸੁਣ ਸਕਦੇ ਹੋ ਬਾਜਵਾ ਸਾਹਿਬ ਮੈਨੂੰ ਪਤਾ ਉਹ ਸਾਰਾ ਸਫ਼ਰ ਲੇਕਿਨ ਤੁਹਾਡੇ ਜ਼ਿਹਨ ਦੇ ਵਿੱਚ ਪਹਿਲੀ ਵਾਰ ਕਦ ਆਇਆ ਸੀਗਾ ਜਦ ਤੁਸੀਂ ਮਾਨ ਸਾਹਿਬ ਨੂੰ ਲੈ ਕੇ ਆਏ ਸੀਗੇ ਔਰ ਤੁਸੀਂ ਪਰਫੋਰਮ ਕਰਵਾਇਆ ਸੀਗਾ ਉਹ ਤੁਹਾਨੂੰ ਸਮਾਂ ਉਹ ਦੌਰ ਤੁਹਾਨੂੰ ਯਾਦ ਹੋਏਗਾ ਔਰ ਅੱਜ ਦਾ ਦੌਰ ਉਸ ਟਾਈਮ ਦਾ ਦੌਰ ਦੌਰ ਕਿਉਂਕਿ ਮਾਨ ਸਾਹਿਬ ਦਾ ਦੌਰ ਸੇਮ ਹੀ ਹੈ ਕੋਈ ਫਰਕ ਨਹੀਂ ਪਿਆ ਇਹਨਾਂ ਦੇ ਦੌਰ ਵਿੱਚ ਜੇ ਤਾਂ ਸਮੇਂ ਦੇ ਹਿਸਾਬ ਨਾਲ ਚੇਂਜ ਹੋਏ ਹੁੰਦੇ ਫਿਰ ਮੈਂ ਕਹਿ ਦੇਣਾ ਸੀ ਕਿ ਉਦੋਂ ਦੌਰ ਹੋਰ ਸੀ ਹੋਰ ਦੌਰ ਹੋਰ ਸੀ ਆਪਣਾ ਹੁਣ ਤਾਂ ਮੈਨੂੰ ਸਾਲ ਵੀ ਨਹੀਂ ਕਿੰਨੇ ਯਾਦ ਜਦੋਂ ਮਾਨ ਸਾਹਿਬ ਨੂੰ ਲੈ ਕੇ ਆਇਆ ਸੀ ਸਭ ਤੋਂ ਪਹਿਲੀ ਵਾਰੀ ਮਾਨ ਸਾਹਿਬ ਭਗਵੰਤ ਮਾਨ ਅਤੇ ਬਾਬੁਲ ਸਿੰਘ ਮਾਨ ਉਦੋਂ ਅਜੇ ਚੈਨਲ ਨਹੀਂ ਸੀ ਹੁੰਦੇ ਉਦੋਂ ਇੱਕ ਇੱਥੇ ਇੱਕੋ ਚੈਨਲ ਹੁੰਦਾ ਸੀ ITV ਸਾਡਾ ਪ੍ਰੋਗਰਾਮ ਵੀ ਚੱਲਦਾ ਹੁੰਦਾ ਸਾਂਝਾ ਪੰਜਾਬ ਟੀ ਉਦੋਂ ਲੈ ਕੇ ਆਏ ਸੀ ਉਸ ਤੋਂ ਬਾਅਦ ਇਹਨਾਂ ਦੇ ਨਾਲ ਮਤਲਬ ਆਰਟਿਸਟਾਂ ਵਾਲੀ ਜਾਂ ਕੋਈ ਪ੍ਰਮੋਟਰਾਂ ਵਾਲੀ ਗੱਲ ਹੀ ਨਹੀਂ ਰਹੀ ਇੱਕ ਮਤਲਬ ਬਹੁਤ ਸਾਡਾ ਪਰਿਵਾਰਕ ਰਿਲੇਸ਼ਨ ਵਾਂਗੂ ਪਿਆਰ ਬਣਿਆ ਸੋ ਹੁਣ ਉਦੋਂ ਤੋਂ ਲਗਾਤਾਰ ਹੀ ਜਦੋਂ ਵੀ ਹੁੰਦੇ ਨੇ ਨਾ ਇਹ ਪ੍ਰੋਫੈਸ਼ਨਲ ਪ੍ਰਮੋਟਰ ਜੀ ਨਾ ਮੈਂ ਪ੍ਰੋਫੈਸ਼ਨਲ ਸਿੰਗਰ ਬਣਿਆ ਜੀ ਜਦੋਂ ਜੀ ਜਿਹਾ ਕਰਦਾ ਕਿ ਵਾਹਵਾ ਦੇਰ ਹੋ ਗਈ ਚਲੋ ਹੁਣ ਥੋੜ੍ਹਾ ਬਹੁਤ ਗਾਈਏ ਦਰਸ਼ਨ ਮਿਲੇ ਕਰਾਈਏ ਸਭ ਦੇ ਜੀ ਜੀ ਉਦੋਂ ਬਾਜਵਾ ਸਾਹਿਬ ਨੂੰ ਹੁਕਮ ਕਰ ਦੇਈਦਾ ਜੀ ਮੈਨੂੰ ਕਰੰਟ ਆ ਰਿਹਾ ਕਿ ਮੈਂ ਵੀ ਪ੍ਰੋਫੈਸ਼ਨਲ ਐਂਕਰ ਦਾ ਬਣਾ ਸੋ ਬਟ ਇਹ ਹੋ ਨਹੀਂ ਸਕਦਾ ਬਟ ਡੈਫੀਨੇਟਲੀ ਯੂ ਹੈਵ ਟੂ ਡੂ ਜਸਟਿਸ ਵਿਦ ਯੂਰ ਜੋਬ ਅਤੇ ਉਹ ਕਰਨੀ ਪੈਂਦੀ ਹੈ ਮੈਨੂੰ ਲੱਗਦਾ ਕਿ ਪਰ ਸ਼ੋਅ ਜਿਹੜੇ ਨਾ ਸ਼ੋਅ ਚਲੋ ਹੁਣ ਮੈਂ ਬੜੇ ਕਰਾਈਦੇ ਨਾ ਜੀ ਆਈ ਥਿੰਕ ਮੋਰ ਦੈਨ 600 ਸ਼ੋਅ ਮੈਂ ਹੁਣ ਤੱਕ ਔਰਗਨਾਈਜ਼ ਕਰ ਚੁੱਕਾ ਵਾਂ ਕੋਈ ਆਰਟਿਸਟ ਨਹੀਂ ਹੋਣਾ ਸਾਰਿਆਂ ਦੇ ਕਰਾਏ ਨਾ ਪਰ ਜਿੱਦਾਂ ਨਾ ਕਈ ਆਰਟਿਸਟਾਂ ਦੇ ਨਾਲ ਜਦੋਂ ਤੁਹਾਨੂੰ ਕੋਈ ਆਪਣੇ ਆਪ ਨੂੰ ਫੀਲਿੰਗ ਹੁੰਦੀਆਂ ਕਿ ਤੁਹਾਨੂੰ ਜਿਹੜਾ ਮਾਣ ਜਿਹਾ ਮਹਿਸੂਸ ਹੁੰਦਾ ਕਿ ਜਦੋਂ ਕਿਸੇ ਆਰਟਿਸਟ ਨੂੰ ਤੁਸੀਂ ਲੈ ਕੇ ਜਾਂਦੇ ਹੋ ਲੋਕ ਜਿਹੜੀਆਂ ਤੁਹਾਡੀਆਂ ਧੀਆਂ ਭੈਣਾਂ ਜਿਹੜੇ ਬਜ਼ੁਰਗ ਹਨ ਤੁਹਾਨੂੰ ਜਿਹੜੀਆਂ ਇੱਕ ਅਸੀਸਾਂ ਜੀਆਂ ਦਿੰਦੇ ਨੇ ਉਹ ਜਦੋਂ ਇਹਨਾਂ ਦੇ ਸਾਰੇ ਪਰਿਵਾਰਕ ਗੀਤ ਸੁਣ ਕੇ ਘਰਾਂ ਦੇ ਵਿੱਚ ਵੀ ਜਦੋਂ ਬੱਚਿਆਂ ਦੇ ਨਾਲ ਜਿੰਨਾ ਫਿਲਮਾਂ ਦੇਖਣੀਆਂ ਹੁੰਦੀਆਂ ਇਹਨਾਂ ਨੂੰ ਕੋਈ ਇੰਨੀਆਂ ਕੁ ਸੀਸਾਂ ਮਿਲਦੀਆਂ ਨਾ ਅਸੀਂ ਜਿੱਥੇ ਜਿੱਥੇ ਵੀ ਜਾਈਦਾ ਸਾਨੂੰ ਮਤਲਬ ਅਸੀਂ ਚਾਹੁੰਦੇ ਨਹੀਂ ਇਹ ਵੀ ਨਹੀਂ ਭੀੜ ਦੇ ਵਿੱਚ ਜਿੰਨੇ ਮਰਜ਼ੀ ਫੋਟੋ ਖਿਚਾਈ ਜਾਣ ਲੋਕ ਇੰਨਾ ਢੇਰਾਂ ਦੇ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਫੋਟੋ ਵੀ ਆਮ ਤੌਰ 'ਤੇ ਆਰਟਿਸਟ ਗਿਣਤੀ ਦੇ ਵਿੱਚ ਪੈਸਿਆਂ ਨਾਲ ਖਿਚਾਉਂਦੇ ਨੇ ਇਹਨਾਂ ਨਾਲ ਜਿੰਨੀਆਂ ਮਰਜ਼ੀ ਖਿਚਾਈ ਜਾਣ ਸਾਨੂੰ ਧੱਕੇ ਨਾਲ ਇਹਨਾਂ ਨੂੰ ਕੱਢਣਾ ਪੈਂਦਾ ਕਿ ਹੁਣ ਆਪਾਂ ਚੱਲੀਏ ਮੈਂ ਇੱਕ ਗੱਲ ਮਾਨ ਸਾਹਿਬ ਤੋਂ ਬਹੁਤ ਇੰਪ੍ਰੈਸ ਹੈਗਾ ਮੈਨੂੰ ਲੱਗਦਾ ਕਿ ਜਿਹੜੀ ਜਨਰੇਸ਼ਨ ਇਸ ਟਾਈਮ ਮੈਨੂੰ ਵੇਖ ਰਹੀ ਹੋਣੀ ਹੈ ਔਰ ਜਿਹੜੇ ਲੋਕ ਮੈਨੂੰ ਵੇਖ ਰਹੇ ਹੋਣੇ ਆ ਬਿਕੋਜ਼ ਇੱਕ ਜ਼ਿੰਦਗੀ ਦੇ ਵਿੱਚ ਹਲੀਮੀ ਉਸ ਗੱਲ ਨੂੰ ਲੈ ਕੇ ਆਉਣਾ ਡਾਊਨ ਟੂ ਅਰਥ ਹੋਣਾ ਉਹ ਬਹੁਤ ਜ਼ਰੂਰੀ ਹੁੰਦਾ ਔਰ ਮਾਨ ਸਾਹਿਬ ਨੂੰ ਦੇਖ ਕੇ ਉਹ ਇੰਸਪੀਰੇਸ਼ਨ ਸਾਨੂੰ ਮਿਲਦੀ ਹੈਗੀ ਹੈ ਕਿ ਇੰਨਾ ਵੱਡਾ ਤਜੁਰਬਾ ਇੰਨਾ ਵੱਡਾ ਨਾਂ ਫਿਰ ਵੀ ਉਹ ਹਲੀਮੀ ਉਹਨਾਂ ਦੇ ਅੰਦਰ ਉਹ ਕਿਵੇਂ ਬਰਕਰਾਰ ਰੱਖਦੇ ਹਨ ਇਸ ਸਵਾਲ ਦਾ ਜਵਾਬ ਵੀ ਮੈਂ ਲਵਾਂਗਾ ਮੈਨੂੰ ਪਤਾ ਤੁਸੀਂ ਮੈਨੂੰ ਕਾਲ ਵੀ ਕਰ ਰਹੇ ਹੋ ਕਿਉਂ ਲੱਗੀ ਹੋਈ ਹੈ ਤੁਹਾਡੇ ਕਾਲ ਦੇ ਵੀ ਅਸੀਂ ਜ਼ਰੂਰ ਆਂਸਰ ਮਾਨ ਸਾਹਿਬ ਤੋਂ ਲਵਾਂਗੇ ਫਿਲਹਾਲ ਮੈਂ ਰੁਕ ਰਿਹਾ ਨਿੱਕੇ ਜਿਹੇ ਵਕਫੇ ਲਈ ਪਾਣੀ ਦਾ ਘੁੱਟ ਤੁਸੀਂ ਵੀ ਪੀ ਲਓ ਮੈਂ ਵੀ ਪੀ ਲੈਣਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਹੁਣ ਸਮਾਂ ਜ਼ਿਆਦਾ ਨਾ ਲੈਂਦੇ ਹੋਏ I would like to take your calls. Sasikal ji, tusi on air ho, kon bol rahe ho, kithon bol rahe ho? Pehla meri khayal chuttiyan khule. Hello. Raji. Haanji, haanji, ji, 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 ji. Main Rajkumar bol raha. Haanji, Rajkumar sahab, ki haal hai, theek ho, chaddi kala ch ho? Balle ji, balle, balle. Ji, ki kehna chahoge? Ai Maan sahab nu tusi lai gaye ho. Ji. Te eh hai ji, sade filmi industry vich lai ke jaan wale Punjabi. Theek hai ji. ਰਾਜਕੁਮਾਰ ਸਾਹਿਬ ਗਵਾਨਿਆ ਹੁਣੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਹੋ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਮੈਂ ਮਾਨਸਾ ਨੂੰ ਰਹੇ 1995 ਬੇ ਏਰੀਆ ਚ ਠੀਕ ਹੈ ਜੀ
ਤੇ ਇਹਨਾਂ ਨੂੰ ਮੈਂ ਉਸ ਵੇਲੇ ਇਹਨਾਂ ਦੇ ਸਾਰੇ ਗਾਣੇ ਸੁਣੇ ਸੀ ਤੇ ਕਿੰਨਾ ਸਮਾਂ ਲੱਗਦਾ ਹੈ ਬਾਲਾ ਵਿੱਚ ਚਿੜਕੜੇ ਇਹ ਪ੍ਰੀ ਕਹਿ ਦੋ ਗਾਣਾ ਸੁਣਾ ਸਕਦੇ ਹੈ ਬਿਲਕੁਲ 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 ਹੁਣੇ ਆਪਾਂ ਫਰਮੈਸ਼ ਨੂੰ ਲੈਣੇ ਕਾਫੀ ਸਾਰੇ ਕਾਲਰਸ ਨੇ ਉਹਨਾਂ ਨੂੰ ਵੀ ਸੁਣ ਲਈਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣ ਏਅਰ ਹੋ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਸਤਿ ਸ਼੍ਰੀ ਅਕਾਲ ਜੀ ਸਤਪਾਲ ਸਿੰਘ ਬੋਲ ਰਹੇ ਕੈਲੀਫੋਰਨੀਆ ਤੋਂ ਹਾਂਜੀ ਸਤਪਾਲ ਸਿੰਘ ਜੀ ਠੀਕ ਹੋ ਸੈਨ ਫ੍ਰਾਂਸਿਸਕੋ ਤੋਂ ਜੀ ਵੈਲਕਮ ਟੂ ਮਾਨਸਾ ਸਵਾਗਤ ਹੈ ਅਮਰੀਕਾ ਧਰਤੀ ਤੇ ਜੀ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਤੁਹਾਡਾ ਵੀ ਆਲੂਵਾਲੀ ਸਾਹਿਬ ਇਹਨੇ ਜਸ ਪੰਜਾਬੀ ਇਹਨੇ ਵਧੀਆ ਕਲਾਕਾਰ ਲੈ ਕੇ ਅਸੀਂ ਆਉਂਦੇ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਸਤਪਾਲ ਜੀ ਮਾਨ ਸਾਹਿਬ ਸਾਡਾ ਗਾਣਾ ਸੁਣ ਤੁਸੀਂ ਸੁਣਾ ਦਿਓ ਬਹੁਤ ਸੋਹਣਾ ਮਾਨ ਸਾਹਿਬ ਵੀ ਗਾਉਂਦੇ ਤੁਹਾਡਾ ਜਸ ਪੰਜਾਬੀ ਦਾ ਪ੍ਰੋਗਰਾਮ ਬਹੁਤ ਵਧੀਆ ਤੁਸੀਂ ਕਰ ਰਹੇ ਜੇ ਤੇ ਮਾਨ ਸਾਹਿਬ ਨੂੰ ਸਤਿ ਸ੍ਰੀ ਅਕਾਲ ਤੇ ਇੰਨੀ ਕੋਈ ਗੱਲ ਕਹਿੰਦੇ ਆ ਅਸੀਂ ਮਾਨ ਸਾਹਿਬ ਨੂੰ ਵੀ ਜਿਵੇਂ ਦੂਜੇ ਵੱਡੇ ਮਾਨ ਸਾਹਿਬ ਨੇ ਪੰਜਾਬੀ ਤੋਂ ਮੁੱਖ ਮੋੜਿਆ ਕਿਤੇ ਇਹੋ ਜਿਹਾ ਬਿਲਕੁਲ ਜੀ ਬਿਲਕੁਲ ਆਪਾਂ ਉਸ ਬਾਰੇ ਵੀ ਕਰਾਂਗੇ ਵਿਚਾਰ ਲੇਕਿਨ ਮੇਰੇ ਨਾਲ ਕਾਫੀ ਸਾਰੇ ਹੋਰ ਵੀ ਕਾਲਰਸ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣ ਏਰੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਤਿੰਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਟੈਕਸ ਤੋਂ ਬੋਲ ਰਿਹਾ ਜੀ 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 ਹਾਂ ਜੀ ਮਾਨ ਸਾਹਿਬ ਦਾ ਤਾਂ ਕੋਈ ਤੁਲ ਨਹੀਂ ਕੋਈ ਵੀ ਇਹਨਾਂ ਦੇ ਮੁਕਾਬਲੇ ਦੇ ਕੋਈ ਨਹੀਂ ਹੈਗਾ ਜੀ ਜਿੰਨਾ ਇਹਨਾਂ ਨੇ ਵਧੀਆ ਗਾਣਾ ਗਾਇਆ ਆ ਗਾਇਕੀ ਗਾਈ ਆ ਪੰਜਾਬੀ ਇਹਨਾਂ ਨੇ ਜੀਵੀ ਰੱਖੀ ਆ ਜੀ 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 ਬਿਲਕੁਲ ਬਿਲਕੁਲ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਤੇ ਇਸ ਕਰਕੇ ਹੀ ਬਹੁਤ ਮਿਹਰਬਾਨੀ ਭਾਈ ਜੀ ਬਹੁਤ ਧੰਨਵਾਦ ਜੀ ਇਹਨਾਂ ਨੂੰ ਦੋ ਬੋਲ ਸੁਣਾ ਜੀ ਬਾਪੂ ਤੇਰੇ ਕੁੜਬਾਲੇ ਜੀ 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 ਬਿਲਕੁਲ ਬਾਪੂ ਨੂੰ ਵੀ ਚੇਤੇ ਕਰਾਂਗੇ ਅਸੀਂ ਮੇਰੇ ਨਾਲ ਹੋਰ ਵੀ ਕਾਲਰਸ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਰਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਹਾਂਜੀ ਰਾਮ ਸ਼ਰਮਾ ਵਿਨੀਪੈਕ ਕੈਨੇਡਾ ਤੋਂ ਜੀ ਠੀਕ ਹੈ ਜੀ ਵਿਨੀਪੈਕ ਬਹੁਤ ਠੀਕ ਹੈ ਹਾਂਜੀ ਹਾਂਜੀ ਮਾਹੌਲ ਠੀਕ ਹੈ ਜੀ ਬਹੁਤ ਵਧੀਆ ਚਲੋ ਠੀਕ ਹੈ ਕੀ ਕਹਿਣਾ ਚਾਹੋਗੇ ਹਰਭਜਨ ਮਾਨ ਵਾਸਤੇ ਤਾਂ ਜੋ ਕੁਛ ਤੁਸੀਂ ਕਹੋ ਉਹ ਕੁਛ ਕਹਾਂਗੇ ਕਿ ਇਹਨਾਂ ਵਾਸਤੇ ਤਾਂ ਜਿੰਨਾ ਵੀ ਕਿਹਾ ਜਾਵੇ ਓਨਾ ਘੱਟ ਆ ਕਿਉਂਕਿ ਦੋਨੇ ਪਾਸਿਆਂ ਤੋਂ ਆ ਸਹੁਰੇ ਮੋਗੇ ਦੇ ਕੋਲ ਆ ਔਰ ਪੇਕੇ ਆ ਜਿਹੜੇ ਉਹ ਬਠਿੰਡੇ ਦੇ ਵਿੱਚ ਆ ਬੜੇ ਅੱਛੇ ਆਰਟਿਸਟ ਆ ਔਰ ਬੜੇ ਅੱਛੇ ਜੋਗੀ ਦੇ ਸਿੱਖੇ ਹੋਏ ਆ ਕਿ ਇਹਨਾਂ ਦੇ ਉਸਤਾਦ ਆ ਜਿਹੜੇ ਉਹਨਾਂ ਦਾ ਜਿਹੜਾ ਨਾਂ ਸਦੀਆਂ ਤੱਕ ਰਹੂਗਾ ਜੋ ਕੁਛ ਉਹ ਲਿਖੇ ਭਾਵੇਂ ਉਹਨਾਂ ਨੇ ਸਕੂਲੀ ਵਿੱਦਿਆ ਘੱਟ ਪ੍ਰਾਪਤ ਕੀਤੀ ਪਰ ਉਹਨਾਂ ਨੇ ਜੋ ਕੁਛ ਲਿਖਿਆ ਉਹਦੇ ਨੇੜੇ ਤੇੜੇ ਕੋਈ ਰਾਈਟਰ ਅੱਜ ਤੱਕ ਆ ਨਹੀਂ ਸਕਿਆ ਬੜੀਆਂ ਡੂੰਘੀਆਂ ਗੱਲਾਂ ਕਰ ਗਏ ਤੁਸੀਂ ਥੋੜੇ ਜਿਹੇ ਟਾਈਮ ਦੇ ਵਿੱਚ ਜੀ 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 ਬਹੁਤ ਮਿਹਰਬਾਨੀ ਤੁਹਾਡੀ ਮੇਰੇ ਨਾਲ ਹੋਰ ਵੀ ਕਾਲਰਸ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਰਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਟੋਰਾਂਟੋ ਤੋਂ ਬੋਲ ਰਹੇ ਹਾਂ ਜੀ 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 ਕੀ ਕਹਿਣਾ ਚਾਹੋਗੇ ਬਹੁਤ ਅੱਛਾ ਜੀ ਬਹੁਤ ਜੀ ਕਰਦਾ ਬਸ ਕੋਈ ਐਸਾ ਦਿਨ ਹੋਵੇ ਵੀ ਜਿੱਥੇ ਸੁਬਹ ਤੋਂ ਬੈਠ ਜਾਈਏ ਤੇ ਸਾਰਿਆਂ ਨਾਲ ਗੱਲਾਂ ਹੋਣ ਜੀ ਸਭ ਦੀ ਗੱਲਬਾਤ ਸੁਣ ਸਕੀਏ ਸਭ ਨਾਲ ਵਾਪਸ ਵਾਰਤਾਲਾਪ ਵੀ ਕਰ ਸਕੀਏ ਠੀਕ ਹੈ ਤੇ ਇਹ ਦੁਆਵਾਂ ਨੇ ਜੀ ਇਹ ਅਸੀਸਾਂ ਨੇ ਜਿਹੜੀਆਂ ਕਲਾਕਾਰਾਂ ਨੂੰ ਕਦੇ ਵੀ ਭੁੱਲਣੀਆਂ ਨਹੀਂ ਚਾਹੀਦੀਆਂ ਜੀ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਕਿ ਕਲਾਕਾਰ ਆ ਜਿਹੜੇ ਉਹ ਬਹੁਤ ਕਰਮਾਂ ਵਾਲੇ ਲੋਕ ਹੁੰਦੇ ਆ ਉਹ ਸਪੈਸ਼ਲ ਲੋਕ ਹੁੰਦੇ ਆ ਕਿ ਜਿਨ੍ਹਾਂ ਨੂੰ ਅਸੀਂ ਇਹ ਸਮਾਜ ਅਸੀਂ ਕਹਿੰਦੇ ਕਿ ਅੱਜ ਸੁਸਾਇਟੀ ਬਹੁਤ ਸੈਲਫਿਸ਼ ਆ ਆਪਣੇ ਆਪ ਲਈ ਬੰਦਾ ਤੁਰਿਆ ਫਿਰਦਾ ਜੀ ਪਰ ਕਲਾਕਾਰ ਆ ਕਿ ਜਿਨ੍ਹਾਂ ਨੂੰ ਲੋਕ ਨਿਰਸਵਾਰਥ ਹੋ ਕੇ ਪਿਆਰ ਦਿੰਦੇ ਆ ਅਸੀਸਾਂ ਦਿੰਦੇ ਨੇ ਉਹਨਾਂ ਲਈ ਅਰਦਾਸਾਂ ਕਰਦੇ ਆ ਜੀ ਅਤੇ ਕਲਾਕਾਰਾਂ ਨੂੰ ਇਹਨਾਂ ਚੀਜ਼ ਦੀ ਜਿਹੜੀ ਕਦਰ ਕਰਨੀ ਚਾਹੀਦੀ ਹੈ ਅਤੇ ਆਪਦਾ ਕੰਮ ਮੈਨੂੰ ਤਾਂ ਜਿਉਂ ਜਿਉਂ ਮੈਂ ਸਰ ਦੀ ਕਾਲਸ ਗੱਲਾਂ ਸੁਣਦਾ ਉਹਨਾਂ ਮੈਨੂੰ ਇਹ ਬੈਠਾ ਮੇਰਾ ਦਿਮਾਗ ਚੱਲ ਰਿਹਾ ਹੁੰਦਾ ਕਿ ਯਾਰ ਹੋਰ ਅੱਛੇ ਗਾਣੇ ਰਿਕਾਰਡ ਕਰੀਏ ਹੋਰ ਵਧੀਆ ਫਿਲਮਾਂ ਬਣਾਈਏ ਯਾਰ ਇਹ ਲੋਕਾਂ ਦੀਆਂ ਜਿਹੜੀਆਂ ਅਸੀਸਾਂ ਇਹ ਜ਼ਿੰਦਗੀ ਭਰ ਲੈਂਦੇ ਰਹੀਏ ਕਿਤੇ ਇਹਨਾਂ ਦਾ ਦਿਲ ਭੋਰਾ ਵੀ ਕਿਸੇ ਗੱਲ ਤੋਂ ਦਿਖਾਈਏ ਮਾਨ ਸਾਹਿਬ ਇੰਨੀ ਹਲੀਮੀ ਇਹ ਬਹੁਤ ਇੰਸਪਾਇਰਡ ਕਰਦੀ ਹੈ ਸਾਨੂੰ ਔਰ ਅੱਜ ਦਾ ਜਿਹੜਾ ਯੂਥ ਹੈ ਜਿਹੜੀ ਯੰਗ ਜਨਰੇਸ਼ਨ ਹੈ ਉਹਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੇਰਾ ਇਹ ਹੈ ਜੀ ਕਿ ਜਿੰਨਾ ਜੜ੍ਹਾਂ ਨਾਲ ਜੁੜ ਕੇ ਰਹਾਂਗੇ ਜੀ ਅਸੀਂ ਸਾਡੇ ਤਾਂ ਉਸਤਾਦ ਲੋਕਾਂ ਨੇ ਵਿਨੀਪੈਗ ਤੋਂ ਬਾਈ ਜੀ ਹੋਰੀ ਗੱਲ ਕਰ ਰਹੇ ਸੀ ਕਰਨੈਲ ਸਿੰਘ ਪਾਰ ਸਾਹਿਬ ਦੀ ਅਤੇ ਉਹਨਾਂ ਨੇ ਸਾਨੂੰ ਚੰਡਿਆ ਜ਼ਿੰਦਗੀ ਦੇ ਵਿੱਚ ਬਹੁਤ ਉਹਨਾਂ ਨਾਲ ਵਕਤ ਗੁਜ਼ਾਰਨ ਦਾ ਮੌਕਾ ਮਿਲਿਆ ਅਤੇ ਮਤਲਬ ਮੈਨੂੰ ਯਾਦ ਆ ਮਰਦੇ ਦਮ ਵੀ ਬਾਪੂ ਜੀ ਨੇ ਮੈਨੂੰ ਇੱਕ ਵਾਰ ਤਾਂ ਜਦੋਂ ਸ਼ੁਰੂ ਦੇ ਵਿੱਚ ਚਿੱਠੀਏ ਨਹੀਂ ਚਿੱਠੀਏ ਹਿੱਟ ਹੋ ਗਿਆ ਅਤੇ ਟੋਰਾਂਟੋ ਮੈਂ ਉਹਨਾਂ ਨੂੰ ਮਿਲਣ ਗਿਆ ਜੀ ਮੈਂ ਇੰਡੀਆ ਸ਼ਿਫਟ ਕਰ ਗਿਆ ਸੀ 92-93 ਦੀ ਇਹ ਗੱਲ ਆ ਅਤੇ ਬਾਪੂ ਜੀ ਮੇਰਾ ਹੱਥ ਫੜ ਕੇ ਕਹਿੰਦੇ ਪਾਰ ਸਾਹਿਬ ਮੈਨੂੰ ਕਹਿੰਦੇ ਗੱਲ ਸੁਣ ਕਾਕਾ ਕਹਿੰਦੇ ਮੈਨੂੰ ਘਰੇ ਕਾਕਾ ਕਹਿੰਦੇ ਜੀ ਸਾਰੇ
ਕਹਿੰਦੇ ਤੇਰਾ ਗਾਣਾ ਚੱਲ ਗਿਆ, ਤੇਰੀ ਚੜ੍ਹਾਈ ਹੋ ਗਈ, ਬੱਲੇ ਬੱਲੇ ਤੇਰੀ ਹੋ ਗਈ। ਪਰ ਕਹਿੰਦੇ ਜਿਉਂਦੇ ਜੀ ਮੇਰੇ ਕੰਨਾਂ 'ਚ ਆਵਾਜ਼ ਨਹੀਂ ਕਿਤੇ ਪੈਣੀ ਚਾਹੀਦੀ ਕਿਸੇ ਤੋਂ ਕਿ ਹਰਭਜਨ ਮਾਨ 'ਚ ਘਮੰਡ ਆ ਗਿਆ, ਹਰਭਜਨ ਮਾਨ 'ਚ ਹੰਕਾਰ ਆ ਗਿਆ। ਕਸਮ ਨਾਲ ਮੇਰਾ ਗਲਾ ਹੈ, ਮੇਰੀ ਰੋਜ਼ੀ ਰੋਟੀ ਹੈ ਜੀ। ਅਤੇ ਫਿਰ ਜਦੋਂ ਪੂਰੇ ਹੋਏ ਰਾਮੂ ਵਾਲੇ, ਮੋਗਾ ਜ਼ਿਲ੍ਹੇ ਦੇ ਵਿੱਚ ਪਿੰਡ ਆ ਰਾਮੂ ਵਾਲਾ, ਅਤੇ ਜਦੋਂ ਮੈਂ ਜ਼ਿਆਦਾ ਬਿਮਾਰ ਹੋ ਗਏ, ਕਾਫੀ ਉਮਰ ਹੋ ਗਈ ਉਹਨਾਂ ਦੀ, ਅਤੇ ਫਿਰ ਵੀ ਮੈਨੂੰ ਕਹਿੰਦੇ, ਉਹ ਹਮੇਸ਼ਾ ਕਹਿੰਦੇ ਹੁੰਦੇ ਸੀ, ਕਹਿੰਦੇ ਹੁਣ ਤੱਕ ਦੀ ਕਹਿੰਦੇ ਮੈਂ ਗਰੰਟੀ ਜ਼ਿੰਮੇਵਾਰੀ ਲੈ ਸਕਦਾ, ਅਗਲੇ ਸਕਿੰਟ ਦੀ ਕੋਈ ਕਿਸੇ ਦੀ ਗਰੰਟੀ ਨਹੀਂ। ਅਤੇ ਉਹਨਾਂ ਨੇ ਕਹਿਣਾ ਹੁਣ ਤੱਕ ਤੂੰ, ਕਹਿੰਦੇ 92 ਤੋਂ ਲੈ ਕੇ ਹੁਣ ਤੱਕ ਤੂੰ ਸ਼ਾਬਾਸ਼ ਚੰਗਾ ਨਿਭਿਆ। ਅਤੇ ਫਿਰ ਮੈਂ ਉਹੀ ਗੱਲ ਦੁਹਰਾਉਣਾ, ਮੇਰੇ ਮਰਨ ਤੋਂ ਬਾਅਦ ਵੀ ਮੇਰੀ ਗੱਲ ਯਾਦ ਰੱਖੀ ਕਿ ਜਿਉਂਦੇ ਜੀ ਜਿਹੜਾ ਘਮੰਡ ਹੰਕਾਰ ਇਹ ਆਪਦੇ ਨੇੜੇ ਨਾ ਆਉਣ ਦੇਈਂ, ਤਾਂ ਸਾਰੀ ਉਮਰ ਤੇਰੀ ਚੜ੍ਹਾਈ ਰਹੂ, ਤੇਰੀ ਬੱਲੇ ਬੱਲੇ ਰਹੂ। ਕਿਆ ਬਾਤ, ਕਿਆ ਬਾਤ ਹੈ। ਮੈਨੂੰ ਉਹ ਉਹਨਾਂ ਦੀ ਜਿਹੜੀ ਲਿਖੇ ਹੋਏ, ਹਾਂਜੀ ਕਵੀਸ਼ਰੀ ਉਹਨਾਂ ਦੀ, ਉਹ ਵੀ ਯਾਦ ਆਉਂਦੀ ਹੈ, ਮੈਂ ਚਾਹਾਂਗਾ ਉਹ ਤੁਸੀਂ ਜ਼ਰੂਰ। ਤੁਸੀਂ ਜਦੋਂ ਗੱਲ ਕਰਦੇ ਨਾ ਜੀ ਕਿ ਅੱਜ ਕੱਲ੍ਹ ਲੋਕ ਗਾਇਕੀ ਜਾਂ ਨਵੀਂ ਪਨੀਰੀ ਆ ਗਈ, ਮੈਂ ਤੁਹਾਨੂੰ ਯਕੀਨਨ ਇਹ ਕਹਿੰਦਾ ਕਿ ਮੇਰੀ ਕਵੀਸ਼ਰੀ ਸਭ ਤੋਂ ਵੱਧ ਹਿੱਟ ਹੈ ਜਿਹੜੀ ਯੂਥ ਵਿੱਚ ਹੈ ਜੀ। ਕਰੈਕਟ, ਸਾਨੂੰ ਯੂਥ ਨੂੰ ਚੰਗੀ ਚੀਜ਼ ਸੁਣਾਉਣੀ ਆਉਣੀ ਚਾਹੀਦੀ ਹੈ ਜੀ, ਤਾਂ ਯੂਥ ਵੀ ਸੁਣਦਾ ਜੀ। ਉਹ ਪੜ੍ਹੀ ਲਿਖੀ ਅੱਜ ਦੀ ਜਨਰੇਸ਼ਨ ਆ ਗਈ, ਉਹ ਕਿਉਂ ਨਹੀਂ ਅੱਛਾ ਸੁਣੂ, ਬਲਕਿ ਸਾਨੂੰ ਸਿਰਫ ਇਹ ਸੁਣਾਉਣੀ ਆਉਣੀ ਚਾਹੀਦੀ ਹੈ ਜੀ, ਅਸੀਂ ਸਾਡੇ 'ਚ ਇੰਨਾ ਦਮ ਹੋਵੇ ਕਿ ਅਸੀਂ ਯਾਰ ਆਹ ਚੀਜ਼ ਸੁਣਾਉਣੀ ਹੈ। ਕਰੈਕਟ, ਉਹਨਾਂ ਦੀ ਕਵੀਸ਼ਰੀ ਹੈ ਬੜੀ ਮਸ਼ਹੂਰ, ਇੱਕ ਜ਼ਿੰਦਗੀ ਦਾ ਇੱਕ ਨਿਚੋੜ ਕੱਢਿਆ ਉਹਨਾਂ ਨੇ ਕਿ ਹੋਰ ਅਲ ਸੰਗ ਕਾਫਲੇ ਦੇ ਤੇ ਛੇਤੀ ਬਨ ਬਿਸਤਰਾ ਕਾਫਿਰ, ਕਈ ਪਹਿਲੀ ਡਾਕ ਚੜੇ ਤੇ ਬਾਕੀ ਟਿਕਟਾਂ ਲੈਣ ਮੁਸਾਫਿਰ, ਹੈ ਸਿਗਨਲ ਹੋਇਆ ਵਾ ਉਹ ਗਾਰਡ ਵਿਸਲਾਂ ਪਿਆ ਵਜਾਵੇ, ਇਹ ਜੱਗ ਜੰਕਸ਼ਨ ਰੇਲਾਂ ਦਾ ਓਏ ਗੱਡੀ ਇੱਕ ਆਵੇ ਇੱਕ ਜਾਵੇ, ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਕਿਆ ਬਾਤ ਹੈ, ਕਿਆ ਬਾਤ ਹੈ। ਮੈਂ ਤਾਂ ਤਾੜੀਆਂ ਜ਼ਰੂਰ ਵਜਾਵਾਂਗਾ, ਹਿਊਜ਼ ਰਾਊਂਡ ਆਫ ਅਪਲੌਜ਼ ਤੁਹਾਨੂੰ ਵੀ ਕਰਨਾ ਪਏਗਾ, ਬਟ ਯੂ ਹੈਵ ਟੂ ਕਮ ਫਲਸ਼ਿੰਗ ਕਮਿਊਨਿਟੀ ਸੈਂਟਰ 28 September, ਹੁਮ ਹੁਮਾ ਕੇ ਸਾਰੇ ਪਹੁੰਚੋ, ਪਰਿਵਾਰ ਸਮੇਤ ਆਇਓ। ਬਾਜਵਾ ਜੀ ਕੀ ਕੁਝ ਅਪੀਲ ਕਰਨਾ ਚਾਹੋਗੇ? ਬਸ 28 September ਨੂੰ ਸਾਰੇ ਆਓ ਪਰਿਵਾਰਾਂ ਸਮੇਤ। ਮੈਂ ਇਸ ਗੱਲ ਦੀ ਗਰੰਟੀ ਦਿੰਦਾ ਕਿ ਜਿਹੜਾ ਕੋਈ ਟਿਕਟ ਲੈ ਕੇ ਆਵੇਗਾ ਸ਼ੋਅ ਤੋਂ ਬਾਅਦ ਮੈਨੂੰ ਜਾਣ ਲੱਗਿਆ ਮਿਲ ਲਵੇ, ਮੈਂ ਡਬਲ ਪੈਸੇ ਦਿਆਂਗਾ ਜੇ ਤੁਹਾਡੇ ਜੋ ਤੁਸੀਂ ਚਾਹੁੰਦੇ ਹੋਵੋਗੇ, ਜੇ ਉਸ ਤੋਂ ਘੱਟ ਉਤਰਾਂਗੇ। ਅਤੇ ਤੁਸੀਂ ਜੀ ਹੁਣੇ ਹੀ ਬਾਜਵਾ ਸਾਹਿਬ ਨੂੰ ਫੋਨ ਕਰ ਲਓ 5168522222 ਇਸ ਨੰਬਰ ਦੇ ਉੱਤੇ ਕਾਲ ਕਰਕੇ, ਜਸ ਗੈਟ ਯੂਰ ਟਿਕਟਸ ਡਨ, ਆਪਣੀ ਟਿਕਟਾਂ ਨੂੰ ਬੁੱਕ ਕਰਾਓ। ਔਰ ਜੇਕਰ VVIP ਅੱਗੇ ਸੀਟ ਦੇ ਵਿੱਚ ਬੈਠਣਾ ਤਾਂ ਮੈਨੂੰ ਲੱਗਦਾ ਸਮ ਆਫ ਦੈਮ ਆਰ ਸੋਲਡ ਆਊਟ, ਪਰ ਤੁਸੀਂ ਫਿਰ ਵੀ ਕਾਲ ਕਰਕੇ ਆਪਣੀ ਜਿਹੜੀਆਂ ਟਿਕਟਾਂ ਹੈਗੀਆਂ ਉਹ ਬੁੱਕ ਕਰ ਸਕਦੇ ਹੋ ਹੁਣੇ 5168522222। ਗੱਡੀ ਜਿਹੜੀ ਹੈਗੀ ਹੈ ਉਹ ਛਲਾਂਗਾ ਮਾਰੇਗੀ ਕਦ, 28 September ਨੂੰ ਫਲਸ਼ਿੰਗ ਕਮਿਊਨਿਟੀ ਸੈਂਟਰ ਨਿਊਯਾਰਕ ਵਿਖੇ, ਹੁਮ ਹੁਮ ਆ ਕੇ ਪਹੁੰਚੋ। ਅੱਗੇ ਤਾਂ ਹੋਰ ਕੀ ਰੁਝੇਵੇਂ ਨੇ? ਅੱਗੇ ਜਿਹੜੇ ਅੱਗੇ ਤੁਹਾਨੂੰ ਦੱਸਦੇ ਰਹਾਂਗੇ, ਉਸ ਤੋਂ ਬਾਅਦ ਕੈਲੀਫੋਰਨੀਆ ਪ੍ਰੋਗਰਾਮ ਹੋ ਰਿਹਾ, ਆਲਰੇਡੀ ਡੈਲਸ ਟੈਕਸਸ ਸ਼ਿਕਾਗੋ ਕਰਕੇ ਆ ਗਏ ਪ੍ਰੋਗਰਾਮ। ਠੀਕ ਹੈ ਜੀ, ਠੀਕ ਹੈ ਜੀ। ਅਤੇ ਹੋਰ ਵੀ ਜਿਹੜੇ ਰੁਝੇਵੇਂ ਨੇ ਤੁਸੀਂ ਤੁਹਾਨੂੰ ਅਸੀਂ ਦੱਸਦੇ ਰਹਾਂਗੇ, ਅਪਡੇਟ ਦਿੰਦੇ ਰਹਾਂਗੇ, ਪਲ ਪਲ ਦੀ ਜਾਣਕਾਰੀ ਦਿੰਦੇ ਰਹਾਂਗੇ। ਬਟ ਯੂ ਹੈਵ ਟੂ ਕਮ ਔਨ ਦਿਸ ਈਵੈਂਟ ਕਮਿਊਨਿਟੀ ਸੈਂਟਰ ਫਲਸ਼ਿੰਗ ਨਿਊਯਾਰਕ 5168522। ਔਰ ਤੁਹਾਡੇ ਚੈਨਲ ਦੇ ਜ਼ਰੀਏ ਜੀ ਮੈਂ ਜਾਂਦਾ ਜਾਂਦਾ ਕਿ ਵੀ ਖੁਸ਼ਖਬਰੀ ਸਾਂਝੀ ਕਰ ਜਾਵਾਂ ਕਿ ਜਦ GI ਫਿਲਮ ਬਣੀ ਤਾਂ ਉਹ ਫਿਲਮ ਡਾਇਰੈਕਟ ਕੀਤੀ ਸੀ ਮਨਮੋਹਨ ਸਿੰਘ ਹੋਰਾਂ ਨੇ ਜੀ, ਅਤੇ ਮਨਮੋਹਨ ਜੀ ਨਾਲ ਮੈਨੂੰ 5 ਫਿਲਮਾਂ ਕਰਨ ਦਾ ਮੌਕਾ ਮਿਲਿਆ। ਉਸ ਤੋਂ ਬਾਅਦ ਅਸਾਂ ਨੂੰ ਮਾਣ ਵਤਨਾਂ ਦਾ ਮਿੱਟੀ ਵਾਜਾ ਮਾਰਦੀ, ਦਿਲ ਆਪਣਾ ਪੰਜਾਬੀ ਅਤੇ ਮਾਈ ਪਿੰਡ ਮਾਈ ਹੋਮ ਜੀ। ਅਤੇ ਹੁਣ ਇੱਕ ਲੰਮੇ ਸਮੇਂ ਬਾਅਦ ਮੈਂ ਅਤੇ ਮਾਨ ਜੀ ਨੇ ਦੁਬਾਰਾ ਤੋਂ ਇਕੱਠਿਆਂ ਫਿਲਮ ਬਣਾਈ ਹੈ, ਜਿਸ ਦੀ ਮੈਂ ਹੁਣੇ ਸ਼ੂਟਿੰਗ ਖਤਮ ਕੀਤੀ ਹੈ ਜੀ ਵੈਨਕੂਵਰ ਜੀ। ਅਤੇ ਫਿਲਮ ਦਾ ਨਾਮ ਹੈ PR। ਕਿਆ ਬਾਤ। ਅਤੇ ਮੈਂ ਆਸ ਕਰਦਾ ਕਿ ਕਿਉਂਕਿ ਅੱਜ ਕੱਲ੍ਹ ਪੰਜਾਬ ਦੇ ਵਿੱਚ ਇੱਦੋਂ ਵੱਡਾ ਕੋਈ ਮੁੱਦਾ ਨਹੀਂ, ਕਰੈਕਟ, ਹਰ ਪੰਜਾਬੀ ਬਾਹਰ ਜਾ ਕੇ PR ਅੱਜ ਲੈਣੀ ਚਾਹੁੰਦਾ, ਚਾਹੇ ਉਹ ਅਮੈਰੀਕਾ ਦਾ ਗ੍ਰੀਨ ਕਾਰਡ ਹੈ ਜਾਂ ਕੈਨੇਡਾ ਦੀ PR ਹੈ ਜੀ। ਜੀ, ਅਤੇ ਬੜਾ ਇੱਕ ਇੰਟਰਸਟਿੰਗ ਸਬਜੈਕਟ ਅੱਜ ਦਾ ਸਬਜੈਕਟ, ਅਤੇ ਸਮਝ ਲਓ ਇਹ GI 2 ਹੀ ਹੈ ਜੀ। ਕਰੈਕਟ। ਅਤੇ PR ਹੁਣੇ ਅਸੀਂ ਕੰਪਲੀਟ ਕੀਤੀ ਹੈ ਸ਼ੂਟਿੰਗ ਉਹਦੀ, ਅਤੇ ਬਹੁਤ ਜਲਦੀ ਇਹ ਫਿਲਮ ਤੁਹਾਡੀ ਜੀ ਜਿਹੜੀ ਸਾਹਮਣੇ ਨਜ਼ਰ ਆਵੇਗੀ, ਪੇਸ਼ ਹੋਵੇਗੀ ਜੀ। ਅਤੇ ਮੈਂ ਆਸ ਕਰਦਾ ਇਹ ਫਿਲਮ ਨੂੰ ਵੀ ਤੁਸੀਂ ਬਹੁਤ ਜ਼ਰੂਰ ਭਰਪੂਰ ਹੰਗਾਰਾ ਦਿਓਗੇ। ਕਰੈਕਟ, ਜਿਵੇਂ ਕਹਿੰਦੇ ਕਿ ਪੰਜਾਬੀਆਂ ਨੇ ਪਿਆਰ ਤਾਂ ਸਾਰਿਆਂ ਨੂੰ ਦਿੱਤਾ ਔਰ ਉਹਨਾਂ ਨੂੰ ਪਿਆਰ ਮਿਲਿਆ ਵੀ, ਔਰ ਮੈਨੂੰ ਲੱਗਦਾ ਕਿ ਹਰਭਜਨ ਮਾਨ ਸਾਹਿਬ ਨੂੰ ਬਹੁਤ ਸਾਰਾ ਪਿਆਰ ਮਿਲਿਆ, ਲੇਕਿਨ ਹੁਣ ਉਹ ਤੁਹਾਡੇ ਲਈ PR ਲੈ ਕੇ ਆ ਰਹੇ ਨੇ, ਯਾਨੀ ਕਿ ਪਰਮਾਨੈਂਟ ਰੈਜੀਡੈਂਟ। ਮੈਨੂੰ ਲੱਗਦਾ ਉਹ ਵੀ ਤੁਹਾਨੂੰ ਮਿਲੀ ਹੈਗੀ ਹੈ, ਬਟ ਹੁਣ ਉਹਦੇ ਲਈ ਜੱਦੋ ਜਹਿਦ ਪੰਜਾਬ ਦੇ ਵਿੱਚ ਅੱਧੀ ਜਿਹੜੀ ਪਨੀਰੀ ਹੈਗੀ ਹੈ, ਯੂਥ ਜਿਹੜਾ ਉਹ ਕਿਸ ਤਰੀਕੇ ਨਾਲ ਕਰ ਰਿਹਾ, ਆਈ ਥਿੰਕ ਕੈਨੇਡਾ ਦੀ ਸਟੂਡੈਂਟ ਲਾਈਫ ਦੇ ਉੱਤੇ
ਜਿਹੜੀ ਮੂਵੀ ਹੈਗੀ ਹੈ, ਬਟ ਤੁਹਾਨੂੰ ਥੀਏਟਰਾਂ ਦੇ ਵਿੱਚ ਜਾਣਾ ਪਏਗਾ, ਸੋ ਯੂ ਕੈਨ ਯੂ ਨੋ ਗਿਵ ਗੁੱਡ ਮਾਰਕਸ ਟੂ ਦਿਸ ਮੂਵੀ ਐਜ਼ ਵੈਲ। ਬਟ ਉਹਦੇ ਲਈ ਅਸੀਂ ਜ਼ਰੂਰ ਤੁਹਾਨੂੰ ਅਪਡੇਟ ਵੀ ਦਿੰਦੇ ਰਹਾਂਗੇ, ਪਰ ਇਹ ਜ਼ਰੂਰ ਧਿਆਨ 'ਚ ਰੱਖਿਓ 28 September ਨੂੰ ਤੁਸੀਂ ਕਮਿਊਨਿਟੀ ਸੈਂਟਰ ਫਲਸ਼ਿੰਗ ਦੇ ਵਿੱਚ ਹੁਮੂਮ ਆ ਕੇ ਪਹੁੰਚੋ 516-852। ਪੈਨ ਐਂਡ ਪੇਪਰ ਰੈਡੀ ਕਰ ਲਓ, ਇੱਕ ਵਾਰੀ ਲਿਖ ਲਓ ਆਪਣੇ ਕਾਪੀ ਦੇ ਵਿੱਚ ਜਾਂ ਫਿਰ ਮੋਬਾਈਲ ਦੇ ਵਿੱਚ ਸੇਵ ਕਰ ਲਓ 516-852-2222। ਹੱਸਦੇ ਵਸਦੇ ਰਹੋ ਮਾਨ ਸਾਹਿਬ, ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ।